ਲੈ ਕੇ ਖਿੱਚ ਕੇ ਕਮਾਤਾ ਬਹੁਤ ਜਾਣ ਇਹਨਾਂ ਜੇ ਮਹਿਸੂਸ ਹੋ ਰਿਹਾ ਜਿਵੇਂ ਮੈਨੂੰ ਗਾਲਾਂ ਕੱਢ ਰਿਹਾ ਵੀ ਦੇਖੋ ਕਿਵੇਂ ਖੜੇ ਹੁੰਦੇ ਆ ਸਾਰੀ ਜੰਮੀ ਹੋਈ ਬਰਫ਼ ਹੈ ਇਹ ਤੋਂ ਉੱਪਰ ਧਰਤੀ ਹੈ ਹੇਠਾਂ ਵੀ ਬਰਫ਼ ਹੈ ਇੱਕ ਤਾਂ ਪੈਰ ਨਾ ਮੇਰਾ ਤਿਲਸ ਜੇ ਮੈਨੂੰ ਡਰ ਲੱਗਦਾ ਰਹਿੰਦਾ ਬਰਫ਼ ਦੇਖੋ ਕਿਵੇਂ ਉੱਡਦੀ ਹੈ ਟਾਇਰਾਂ ਹੇਠਾਂ ਫਰੋਜ਼ਨ ਲੇਕ ਵਿੱਚ ਦੀ ਜਾ ਰਿਹਾ ਵੀ ਬਹੁਤ ਜ਼ਿਆਦਾ ਸੋਹਣਾ ਵਿਊ ਹੈ ਪੈਂਪਾਂ ਦੇ ਜਾਲ ਪਾਏ ਪਏ ਆ ਬਈ ਕੂਸਾ ਦਾ ਲਿਖ ਲੈ ਲਾਲ ਮਿਰਚਾਂ ਘੱਟ ਪਾਈ ਸਤਿ ਸ਼੍ਰੀ ਅਕਾਲ ਇੱਕ ਨਵੇਂ ਬਲੌਗ 'ਚ ਤੁਹਾਡਾ ਸਵਾਗਤ ਹੈ ਮੈਂ ਖੜਿਆ ਯਾਕੂਸਤਕ ਦੁਨੀਆ ਦੇ ਸਭ ਤੋਂ ਠੰਡੇ ਸ਼ਹਿਰ 'ਚ ਜਿਨ੍ਹਾਂ ਨੇ ਪਿਛਲੀ ਵੀਡੀਓ ਦੇਖੀ ਹੋਊਗੀ ਆਪਾਂ ਟ੍ਰੇਨ ਲੈ ਕੇ ਆਏ ਸੀ ਚਾਰ ਦਿਨਾਂ 'ਚ ਉਰੇ ਤੱਕ ਪਹੁੰਚੇ ਸੀ ਅਤੇ ਰਸ਼ੀਆ ਦੇ ਈਸਟ ਸਾਈਬੇਰੀਆ 'ਚ ਪੈਂਦਾ ਵੀ ਇੱਥੋਂ ਦਾ ਜਿਹੜਾ ਰਿਕਾਰਡਡ ਲੋਐਸਟ ਟੈਂਪਰੇਚਰ ਉਹ -64 ਡਿਗਰੀ ਸੈਲਸੀਅਸ ਰਿਹਾ ਹੁਣ ਵੀ ਦੇਖੋ ਸਨੋਅ ਪੈ ਰਹੀ ਹੈ ਸਨੋਅ ਇਹਨਾਂ ਲਈ ਮਤਲਬ ਨਿੱਘਾ ਕਿਉਂਕਿ ਸਨੋਅ 'ਚ ਹਵਾ ਨਹੀਂ ਚੱਲਦੀ ਜਿਹੜਾ ਤਾਪਮਾਨ ਹੈ -13-14 ਹੀ ਰਹਿੰਦਾ ਇਹ ਤੋਂ ਵੱਧਦਾ ਨਹੀਂ ਅਤੇ ਕੱਲ੍ਹ ਉਰੇ ਦੇਖੋ ਕੁਛ ਵੀ ਨਹੀਂ ਸੀ ਅੱਜ ਦੇਖੋ ਕਿੰਨੀ ਕਿੰਨੀ ਸਨੋਅ ਪੈ ਗਈ ਆਹ ਦੇਖੋ ਸਾਰੀਆਂ ਗੱਡੀਆਂ ਗੁੱਡੀਆਂ ਦੇ ਅਤੇ ਉਰੇ ਜਿਹੜੇ ਘਰ ਨੇ ਵੀ ਸਾਰੇ ਪਿੱਲਰਾਂ 'ਤੇ ਖੜਿਆ ਕਿਉਂਕਿ ਹੇਠਾਂ 700 ਮੀਟਰ ਤੱਕ ਬਰਫ਼ ਹੈ ਡਰਿੱਲਾਂ ਮਾਰ ਕੇ ਪਹਿਲਾਂ ਪਿੱਲਰ ਪਾਉਂਦੇ ਆ ਹੇਠਾਂ 500-600 ਮੀਟਰ ਤੱਕ ਦੇਖੋ ਸਾਰੇ ਪਿੱਲਰ ਨੇ ਸਾਰੇ ਹੀ ਉਰੇ ਬਿਲਡਿੰਗਾਂ ਪਿੱਲਰਾਂ ਦੇ ਹੀ ਹੈ ਆਹ ਲੋਕ ਆ ਜਾ ਰਹੇ ਆ ਵੀ ਆਪਾਂ ਨੇ ਬੱਸ ਫੜਨੀ ਹੈ ਪਰਮਾ ਤੁਹਾਨੂੰ ਮਿਊਜ਼ੀਅਮ ਦਿਖਾਊਂਗਾ ਅੱਜ ਉਰੇ ਦਾ ਬਰਫ਼ ਵਾਲਾ ਸਭ ਤੋਂ ਪਹਿਲਾਂ ਇਹ ਵੀ ਪਿੱਲਰ ਪਾਉਂਦੇ ਆ ਉਹ ਤੋਂ ਬਾਅਦ ਉੱਪਰ ਘਰ ਬਣਾਉਂਦੇ ਆ ਦੇਖੋ ਸਾਰੇ ਪਿੱਲਰ ਨੇ ਇਹ ਪਿੱਲਰ ਵੀ ਬਰਫ਼ 'ਚ ਧਸੇ ਹੋਏ ਆਪਾਂ 500 ਮੀਟਰ ਤੱਕ ਇਹਨਾਂ ਲਈ ਅੱਜ ਬੜਾ ਘੈਂਟ ਦਿਨ ਹੈ ਬਈ ਕਿਉਂਕਿ ਠੰਡ ਨਹੀਂ ਹੈਗੀ ਕਿੰਨੇ ਉੱਚੇ ਉੱਚੇ ਪਿੱਲਰ ਪਾਏ ਹੋਏ ਆ ਉਹ ਵੀ ਦੇਖੋ ਸਾਰੇ ਇਹ ਗੱਡੀਆਂ ਵੀ ਬੰਦ ਨਹੀਂ ਕਰਦੇ ਸਟਾਰਟ ਹੀ ਰੱਖਦੇ ਕਿਉਂਕਿ ਜੇ ਬੰਦ ਕਰਤੀ ਫਿਰ ਉਹ ਸਟਾਰਟ ਹੀ ਨਹੀਂ ਹੁੰਦੀ ਮੁੜ ਕੇ ਮਤਲਬ ਗਰਮੀ 'ਚ ਜਾ ਕੇ ਸਟਾਰਟ ਹੁੰਦੀ ਔਰ ਇੰਨਾ ਕੁ ਡਾਊਨ ਟੈਂਪਰੇਚਰ ਹੈ ਪਾਰਕ ਦੇ ਵਿੱਚ ਵੀ ਬੱਚੇ ਝੂਲੇ ਝੂਲ ਰਹੇ ਆ ਛੋਟੇ ਛੋਟੇ ਕਿਊਟ ਕਿਊਟ ਆ ਝੂਲੇ ਆ ਵੀ ਛੋਟੇ ਛੋਟੇ ਬੱਚੇ ਪ੍ਰੀਵੀਆ ਦਰਾਸਤੇ ਵਿੱਚ ਕੱਕ ਦਲਾ ਨਾਰਮਲ ਟੈਂਪਰੇਚਰ ਨਾਰਮਲ ਦੇਖੋ ਮੈਂ 15 ਦੇ ਵਿੱਚ ਤਾਂ ਝੂਲੇ ਝੂਟਦੇ ਆ ਸਾਰੀਆਂ ਪੈਂਪਾਂ ਵੀ ਉਰੇ ਬਾਹਰ ਪਾਈਆਂ ਜਾਂਦੀਆਂ ਨੇ ਕਿਉਂਕਿ ਹੇਠਾਂ ਬਰਫ਼ ਹੈ ਨਹੀਂ ਸਾਰੀਆਂ ਇਹ ਜੰਮ ਜਾਣਗੀਆਂ ਕੁਛ ਨਹੀਂ ਇਹਨਾਂ ਵਿੱਚੋਂ ਲੰਘਣਾ ਨਾ ਪਾਣੀ ਤਾਂ ਸਾਰੀਆਂ ਪੈਂਪਾਂ ਉਰੇ ਬਾਹਰ ਪਾਈਆਂ ਜਾਂਦੀਆਂ ਨੇ ਇਹਨਾਂ ਦੇ ਵਿੱਚ ਦੀ ਗੈਸ ਪਾਣੀ ਸਾਰਾ ਕੁਛ ਸਪਲਾਈ ਹੁੰਦਾ ਬੜਾ ਖਤਰਨਾਕ ਹੈ ਯਾਰ ਸ਼ਹਿਰ ਹਾਂ ਯਾਕੂਸਕ ਰਸ਼ੀਆ ਦੇ ਸਿੱਖਾ ਰਿਪਬਲਿਕ ਦੀ ਵੀ ਰਾਜਧਾਨੀ ਹੈ ਉਰੇ ਜਿਹੜੀ ਆਬਾਦੀ ਹੈ ਲਗਭਗ 3.25 ਲੱਖ ਲੋਕ ਰਹਿੰਦੇ ਆ ਅਤੇ ਕਾਫੀ ਵੱਡਾ ਸ਼ਹਿਰ ਹੈ ਯਾਰ ਕਾਫੀ ਜਨਸੰਖਿਆ ਕੋਈ ਘੱਟ ਨਹੀਂ ਹੈਗੀ ਠੰਡ ਹੀ ਇੰਨੀ ਹੈ ਬੋਲਦੇ ਨੇ ਉਹ ਡਿੱਗਿਆ ਉਹ ਡਿੱਗਿਆ ਬਜ਼ੁਰਗ ਡਿੱਗਿਆ ਵੀ ਉਹ ਚੱਕ ਰਿਹਾ ਦੇਖੋ ਕੱਲ੍ਹ ਆ ਰਾਹ ਦੇ ਉੱਪਰ ਦੀ ਮੈਂ ਤੁਰ ਕੇ ਆਇਆ ਸੀ ਜਮ੍ਹਾਂ ਸਾਫ਼ ਸੀ ਦੇਖੋ ਅੱਜ ਕੀ ਬਣਿਆ ਪਿਆ ਕਾਰਾਂ ਕੂਰਾਂ ਇੱਥੇ ਨੋਰਮਲ ਚੱਲਦੀਆਂ ਨੇ ਵੀ ਟੈਕਸੀਆਂ ਕ੍ਰੋਸ ਕਰਦੇ ਹਾਂ ਆਹ ਸਿਟੀ ਸੈਂਟਰ 'ਚ ਆ ਗਏ ਇੱਧਰ ਮੌਲ ਹੈ ਵੀ ਕੈਫੇਟੇਰੀਆ ਹੈ ਨਾ ਕਾਫੀ ਸਟੋਰ ਜੇ ਨੇ ਆਹ ਪਾਰਕਿੰਗ ਜੀ ਹੈ ਆਹ ਰਸ਼ੀਆ ਦਾ ਝੰਡਾ ਨਾਲ ਹੀ ਵੀ ਸਿੱਖਾ ਰਿਪਬਲਿਕ ਦਾ ਝੰਡਾ ਜਿਵੇਂ ਆਪਣੇ ਇੰਡੀਆ ਦੇ ਝੰਡੇ ਨਾਲ ਪੰਜਾਬ ਦਾ ਝੰਡਾ ਹੋਵੇ ਐਵੇਂ ਉਰੇ ਹਰ ਰਿਪਬਲਿਕ ਨੂੰ ਕਾਫੀ ਸਨਮਾਨ ਦਿੱਤਾ ਜਾਂਦਾ ਜ਼ਿੰਦਗੀ ਨਹੀਂ ਖੜਦੀ ਯਾਰ ਕਰੋਨਾ ਨੇ ਹੀ ਖੜਾਈ ਸੀ ਬਾਕੀ ਦੇਖੋ ਇੰਨੀ ਠੰਡ 'ਚ ਵੀ ਕੋਈ ਨਹੀਂ ਖੜਦਾ ਸਾਰੇ ਜਾ ਰਹੇ ਆ ਤੁਰੇ ਬਹੁਤ ਸੋਹਣਾ ਹੈ ਵੀ ਕਾਫੀ ਸੋਹਣਾ ਸ਼ਹਿਰ ਹੈ ਯਾਕੂਸਕ ਜਿਹੜੇ ਯਾਕੂਸਤਕ ਦੇ ਲੋਕ ਨੇ ਵੀ ਇਹ ਕੋਂਬੀਨੇਸ਼ਨ ਨੇ ਚੀਨੀ ਮੰਗੋਲ ਅਤੇ ਰਸ਼ੀਆ ਦਾ ਹੈ ਨਾ ਇਹਨਾਂ ਦੀਆਂ ਅੱਖਾਂ ਛੋਟੀਆਂ ਛੋਟੀਆਂ ਨੇ ਫੇਸ ਇਹਨਾਂ ਦੇ ਚਾਈਨਾ ਵਰਗੇ ਨੇ ਅਤੇ ਅੱਖਾਂ ਇਹਨਾਂ ਦੀਆਂ ਜਿਵੇਂ ਮੰਗੋਲਾਂ ਦੀਆਂ ਹੁੰਦੀਆਂ ਨੇ ਅਤੇ ਓਵਰਆਲ ਜਿਹੜਾ ਬਾਕੀ ਸਟਰਕਚਰ ਹੈ ਸਰੀਰ ਦਾ ਉਹ ਰਸ਼ੀਅਨ ਲੋਕਾਂ ਵਰਗਾ ਰਹਿਣ ਸਹਿਣ ਸਾਰਾ ਆਹ ਸਾਹਮਣੇ ਵੀ ਸਿਨੇਮਾ ਆ ਗਿਆ ਉਰੇ ਸਿਨੇਮਾ ਵੀ ਹੈ ਫਿਲਮਾਂ ਫੁਲਮਾਂ ਚੱਲਦੀਆਂ ਨੇ ਆਹ ਲਿਖਿਆ ਵੀ ਆਈ ਲਵ ਯਾਕੂਸਕ ਦੇਖੋ ਰਸ਼ੀਅਨ ਭਾਸ਼ਾ 'ਚ ਰਸ਼ੀਅਨ ਐਲਫਾਬੈਟ ਨੇ
ਆ ਸਾਹਮਣੇ ਇਹਨਾਂ ਦੀ ਵੀ ਸਰਕਾਰੀ ਬਿਲਡਿੰਗ ਆ ਗਈ, ਸਾਹਮਣੇ ਪੁਲਿਸ ਵਾਲਾ ਭਾਈ ਸਾਹਿਬ ਖੜ੍ਹੇ। ਇਹ ਸਾਰੇ ਏਰੀਏ ਨੂੰ ਵੀ ਸਿਨੇਮਾ ਚੌਂਕ ਕਿਹਾ ਜਾਂਦਾ ਹੈ ਜੇ ਪੰਜਾਬੀ 'ਚ ਦੱਸਾਂ, ਕਿਉਂਕਿ ਵੀ ਉਹ ਸਾਹਮਣੇ ਰਸ਼ੀਅਨ ਸਿਨੇਮਾ ਹੈ ਜਿੱਥੇ ਉਹ ਸਕਰੀਨ ਚੱਲ ਰਹੀ ਹੈ, ਅਤੇ 'ਚ ਸਿਰਫ ਰਸ਼ੀਅਨ ਫਿਲਮਾਂ ਹੀ ਚੱਲਦੀਆਂ ਨੇ। ਦੇਖੋ ਪੁਲਿਸ ਵਾਲੇ ਭਾਈ ਸਾਹਿਬ ਦੇ, ਬਰਫ਼ ਦੇਖੋ ਕਿੰਨੀ ਕਿੰਨੀ ਚੜ੍ਹੀ ਪਈ ਹੈ। ਕਨੇਡਾ ਦਾ ਸਭ ਤੋਂ ਠੰਡਾ ਏਰੀਆ ਵੀ ਵਿਨੀਪੈਗ ਅਤੇ ਯੂਕੂਨ ਦਾ ਹੈ, ਅਤੇ ਉੱਥੇ ਠੰਡ ਹੈ ਇਹਦੇ ਨਾਲੋਂ ਅੱਧੀ ਪੈਂਦੀ ਹੈ ਬਈ। ਜੇ ਉੱਥੇ ਟੈਂਪਰੇਚਰ -10 ਹੈ ਤਾਂ ਉਰੇ ਸਮਝ ਲਓ -20 ਹੈ, ਉਰੇ ਡਬਲ ਰਹਿੰਦਾ। ਗ੍ਰੀਨ ਬੱਤੀ ਹੋ ਗਈ, ਉਰੇ ਸਾਹਮਣੇ ਤੁਹਾਨੂੰ ਬੈਂਕ ਬੁੰਕ ਸਾਰਾ ਕੁਛ ਦੇਖੋ, ਪੁਰਾਣੀਆਂ ਜਿਹੀਆਂ ਬੱਸਾਂ ਚੱਲਦੀਆਂ ਨੇ। ਟਰਾਂਸਪੋਰਟ ਉਰੇ ਬਹੁਤ ਜ਼ਿਆਦਾ ਮਹਿੰਗੀ ਹੈ ਬਾਈ, ਕਿਉਂਕਿ ਜੇ ਨੋਰਮਲ ਮਾਸਕੋ 'ਚ ਇੱਕ ਰਾਈਡ ਦੇ ਤੁਹਾਡੇ 15-20 ਰੁਪਏ ਲੱਗਣਗੇ ਤਾਂ ਉਰੇ 40 ਲੱਗਦੇ ਆ ਬੱਸ 'ਚ। ਆਹ ਕ੍ਰਿਸਮਸ ਟ੍ਰੀ ਨੇ ਵੀ ਇਹਨਾਂ ਦੇ ਉੱਪਰ ਬਰਫ਼ ਦੇਖੋ ਕਿੰਨੀ ਘੈਂਟ ਲੱਗ ਰਹੀ। ਜਿਹੜੇ ਪੈੱਗ ਲਾਉਣ ਦੇ ਸ਼ੌਕੀਨ ਹੈ ਉਹਨਾਂ ਨੂੰ ਆਈਸ ਕਿਊਬ ਖਰੀਦਣ ਦੀ ਲੋੜ ਨਹੀਂ, ਕਿਉਂਕਿ ਬੋਤਲ ਸਿਰਫ 1 ਮਿੰਟ ਬਾਹਰ ਰੱਖ ਦੀ ਨਾ ਸਾਰੀ ਇਹ ਬਰਫ਼ ਬਣ ਜੂਗੀ। ਦੁਨੀਆ ਦਾ ਸਭ ਤੋਂ ਠੰਡਾ ਇਲਾਕਾ ਵੀ ਅੰਟਾਰਕਟਿਕਾ ਹੈ, ਪਰ ਉੱਥੇ ਜਿਹੜਾ ਤਾਪਮਾਨ ਹੈ -99-90 ਗਾ, ਕੋਈ ਬਹੁਤਾ ਫਰਕ ਨਹੀਂ 10 ਕੁ ਡਿਗਰੀ ਦਾ ਹੈ। ਪਰ ਉੱਥੇ ਜਿਹੜੇ ਲੋਕ ਰਹਿੰਦੇ ਉਹਦੇ ਵਿਗਿਆਨੀ ਰਹਿੰਦੇ ਜਾਂ ਫਿਰ ਬਈ ਜਿਹੜੇ ਬਹੁਤੇ ਅਮੀਰ ਲੋਕ ਜਾਂਦੇ ਇਹਨਾਂ ਕੋਲ ਪੈਸਾ ਖਾਸਾ ਹੈ, ਹੈ ਨਾ, ਉਹ ਨੋਰਮਲ ਲੋਕ ਨਹੀਂ, ਜਿਵੇਂ ਉਹਦੇ ਸਾਰੇ ਨੋਰਮਲ ਲੋਕ ਨੇ, ਆਮ ਜੇ ਘਰ ਨੇ, ਹੈ ਨਾ, ਆਮ ਜਿਹਾ ਕੰਮ ਕਾਰ ਹੈ। ਤਾਂ ਉਰੇ ਜਿਹੜੀ ਐਵਰੇਜ ਸੈਲਰੀ ਹੈ ਵੀ 30,000 ਰੁਪਈਆ ਹੈ, ਮੈਂ ਪੁੱਛਿਆ ਸੀ ਮੇਰੀ ਹੋਸਟ ਨੂੰ, ਅਤੇ ਉਰੇ ਕਿਉਂਕਿ ਮਹਿੰਗੀਆਂ ਨੇ ਚੀਜ਼ਾਂ। ਬੀਬੀ ਆ ਰਹੀ ਹੈ ਤੁਰੀ, ਹੈ ਨਾ, ਕਿੰਨੀ ਉਮਰ ਹੈ, ਹੌਲੀ ਹੌਲੀ ਤੁਰੀ ਆ ਰਹੀ ਹੈ ਇੰਨੀ ਠੰਡ 'ਚ, ਅਤੇ ਮੂੰਹ 'ਤੇ ਇਹਨੇ ਕੁਛ ਵੀ ਨਹੀਂ ਪਾਇਆ। ਇਹ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਹੁਣ ਹੀ ਕਰ ਦਿਓ, ਜੇ ਵੀਡੀਓ 'ਤੇ ਤੁਸੀਂ 1,000 ਕਮੈਂਟ ਕਰੋਗੇ, ਦੁਨੀਆ ਦੇ ਸਭ ਤੋਂ ਠੰਡੇ ਪਿੰਡ 'ਚ ਮੈਂ ਲਿਫਟ ਲੈ ਕੇ ਜਾਊਂਗਾ, ਜਿੱਥੇ ਲੋਕ ਵੀ ਜਾਣੋ ਟੈਕਸੀਆਂ 'ਤੇ ਵੀ ਡਰਦੇ ਆ, ਮੈਂ ਲਿਫਟ ਲੈ ਕੇ, ਪਤਾ ਨਹੀਂ ਮਿਲੂਗੀ ਪਤਾ ਨਹੀਂ ਨਾ, ਕੋਈ ਪੰਜਾਬੀ ਨਹੀਂ ਉੱਥੇ ਲਿਫਟ ਲੈ ਕੇ ਗਿਆ ਅੱਜ ਤੱਕ, ਰਿਕਾਰਡ ਬਣਾ ਦੇਣਾ ਆਪਾਂ ਨੇ। 30,000 ਰੁਪਇਆ ਲੱਗ ਜੂਗਾ ਤੁਹਾਡਾ 2 ਦਿਨਾਂ 'ਚ, ਕਿਉਂਕਿ 20,000 ਤਾਂ ਆਉਣ ਜਾਣ ਦਾ ਟੈਕਸੀ ਦਾ, ਤੁਹਾਨੂੰ ਸਿਖਾਊਂਗਾ ਵੀ ਸਸਤੇ 'ਚ ਕਿਵੇਂ ਜਾਣਾ, ਤਾਂ ਚੈਲੰਜ ਅਸੈਪਟ ਕਰ ਲਿਓ, ਕਮੈਂਟ ਕਰਦੀ ਹੋ। ਉਰੇ ਸਿਟੀ ਸੈਂਟਰ ਜਾਏ ਵੀ ਤਾਂ ਸਮਰ 'ਚ ਤਾਂ ਉਰੇ ਪੂਰੀ ਸਿਰੇ ਦੀ ਰੌਣਕ ਹੁੰਦੀ ਹੈ, ਮਤਲਬ ਫਲਾਈਟਾਂ ਵੀ ਸਸਤੀਆਂ ਹੁੰਦੀਆਂ ਨੇ ਸਮਰ 'ਚ, ਵਿੰਟਰ 'ਚ ਬਹੁਤ ਮਹਿੰਗਾ ਇਹ ਰੂਟ। ਆਹ ਛੋਟਾ ਜਿਹਾ ਬੱਸ ਸਟੈਂਡ ਹੈ ਵੀ, ਇਹਦੇ ਅੰਦਰ ਬੜੇ ਦੇਖੋ ਬੱਸ ਸਟੈਂਡ ਭਰਿਆ ਪਿਆ ਲੋਕਾਂ ਨਾਲ। ਈਵਨ ਉਰੇ ਵੀ ਆ ਦੇਖੋ, ਇਹ ਵੀ ਬੱਸ ਸਟੈਂਡ ਹੈ। ਆਹ ਗਰਮ ਬੱਸ ਸਟੈਂਡ ਹੈ ਵੀ, ਅੰਦਰ ਲੋਕ ਬੈਠੇ ਆ। ਬੱਸ ਦਾ ਸ਼ੀਸ਼ਾ ਦੇਖੋ ਵੀ, ਪਿੱਛੋਂ ਸਾਰੀ ਬਰਫ਼ ਹੀ ਬਰਫ਼ ਜੰਮੀ ਪਈ ਹੈ। ਦੇਖੋ ਲੋਕ ਆਪਦੇ ਬੱਚਿਆਂ ਨੂੰ ਚੱਕੀ ਇੱਥੇ ਚੱਲਦਾ ਵੀ। ਟੂਰਿਜ਼ਮ ਐਪ ਹੈ ਰਸ਼ੀਆ ਦਾ, ਇਹ ਸਾਰਾ ਕੁਝ ਦੱਸੂਗਾ, ਵੀ ਕਿੰਨਾ ਨੰਬਰ ਬੱਸ ਜਾਊਗੀ, ਸਾਰਾ A to Z ਬਹੁਤ ਜ਼ਿਆਦਾ ਐਕੂਰੇਟ ਹੈ, ਬਿਲਕੁਲ ਸਿਰਾ ਹੀ ਹੈ। ਮਤਲਬ ਆ ਗਈ ਆਪਣੀ ਬੱਸ, ਆਈ ਸੀ, ਲੰਘ ਗਈ ਸੀ ਬਾਈ। ਆਹ ਮਸ਼ੀਨਾਂ ਲੱਗੀਆਂ ਹੁੰਦੀਆਂ ਨੇ ATM, ਜੇ ਕੈਸ਼ ਪੇ ਕਰੋਗੇ ਤਾਂ 40 ਰੂਬਲ ਲੱਗ ਜਾਣਗੇ, ਜੇ ਤੁਹਾਡੇ ਕੋਲ ਰਸ਼ੀਅਨ ਕਾਰਡ। ਬੱਸ ਬੋਰਡ ਕਰ ਲਈ ਵੀ ਇੱਕ ਫਾਇਦਾ ਹੈ, ਨਾਲੇ ਤਾਂ ਬੱਸ 'ਚ ਤੁਸੀਂ ਆਪਦੀ ਮੰਜ਼ਿਲ 'ਤੇ ਪਹੁੰਚ ਜਾਂਦੇ ਹੋ, ਨਾਲੇ ਪੂਰਾ ਸ਼ਹਿਰ ਘੁੰਮ ਲੈਂਦੇ ਹੋ ਆਲੇ ਦੁਆਲੇ, ਹੈ ਨਾ, ਕਿਉਂਕਿ ਸ਼ੀਸ਼ੇ ਕਾਫੀ ਖੁੱਲ੍ਹੇ ਹੁੰਦੇ ਆ। ਬੱਸ ਵਾਲੇ ਭਾਈ ਸਾਹਿਬ ਨੇ ਐਵੇਂ ਦੀ ਅਟੈਚੀ ਜਿਹੀ ਲਾਈ ਹੁੰਦੀ ਹੈ ਵੀ ਇਹ 'ਚ ਅਲੱਗ ਅਲੱਗ ਸਿੱਕੇ ਪਾਉਣ ਨੂੰ, ਹੈ ਨਾ, ਖਾਨੇ ਜਿਹੇ ਬਣੇ ਹੁੰਦੇ ਆ। ਕਿੰਨਾ ਖੂਬਸੂਰਤ ਵਿਊ ਹੈ ਐਰਵਾਰ ਦਾ, ਹੈ ਨਾ, ਸਾਰੀ ਬਰਫ਼ ਚੋਰੀ ਹੈ ਦੇਖੋ ਸ਼ੀਸ਼ੇ ਦੇ ਉੱਪਰ, ਗੱਡੀਆਂ ਦੇ ਸਾਰੇ ਸ਼ੀਸ਼ੇ ਲੱਤ ਪੱਤ ਨੇ ਵੀ ਬਰਫ਼ ਨਾਲ। ਇੰਨਾ ਅਲੱਗ ਤਰ੍ਹਾਂ ਦਾ ਤਜਰਬਾ ਪੂਰੀ ਜ਼ਿੰਦਗੀ 'ਚ ਨਹੀਂ ਕੀਤਾ ਮੈਂ। ਇੱਧਰ ਮੋੜਦੀ ਭਾਈ ਨੇ, ਵਾਈਪਰ ਦੇਖੋ ਵੀ ਇਹਨਾਂ ਦੇ ਬੱਸਾਂ ਦੇ। ਆਹ ਸਾਈਡ ਵਾਲਾ ਵਿਊ ਹੈ, ਪੂਰੀ ਬਰਫ਼ ਹੀ ਬਰਫ਼ ਹੈ, ਇੱਧਰ ਵੀ ਕੁਛ ਕੇਅਰ ਹੈ। ਮੈਂ ਬੀਬੀ ਨੂੰ ਸੀਟ ਦੇਤੀ ਵੀ, ਕਿਉਂਕਿ ਉਰੇ ਸੀਨੀਅਰ ਸਿਟੀਜ਼ਨਾਂ ਵਾਸਤੇ ਸੀਟ ਹੁੰਦੀ ਹੈ ਅੱਗੇ। ਇਹ ਬੱਸ 'ਚ ਵੀ 4-5 ਕੈਮਰੇ ਨੇ, ਹਰ ਚੀਜ਼ ਹੈ, ਹਰ ਸੁਵਿਧਾ ਹੈ। ਦੇਖੋ ਸੁੱਸ ਵੀ ਹੈ, ਬਟਨ ਵੀ ਐਮਰਜੈਂਸੀ ਵਾਲਾ, ਛੋਟੀਆਂ ਛੋਟੀਆਂ ਥੋੜੀਆਂ।
ਆਹ ਪੁਲਿਸ ਸਟੇਸ਼ਨ ਆ ਗਿਆ ਬਈ, ਛੱਤਾਂ ਦੇ ਬਰਫ ਦੇ ਟਰੈਕਟਰ ਵੀ ਪੈਂਪਾਂ ਦੇ ਜਾਲ ਪਾਏ ਪਏ ਆ ਬਈ। ਦੇਖੋ ਉਧਰੋਂ ਹੇਠਾਂ ਦੀ ਆ ਰਹੀਆਂ ਨੇ, ਉਰੇ ਗੇਟ ਹੈ ਤਾਂ ਉੱਪਰ ਦੀ ਕਰਤੀ ਇਹਨਾਂ ਨੇ ਹਾਈਟ ਤੇ। 20 ਮਿੰਟਾਂ ਦੇ ਸਫ਼ਰ ਤੋਂ ਬਾਅਦ ਆਪਾਂ ਪਹੁੰਚ ਗਏ ਆਪਣੀ ਮੰਜ਼ਿਲ 'ਤੇ। ਬਰਫ਼ ਹੀ ਬਰਫ਼ ਹੈ ਬਈ, ਬਾਹਰ ਆ ਗਿਆ ਕਾਫ਼ੀ ਸ਼ਹਿਰ ਤੋਂ ਬਾਹਰ ਆ ਗਿਆ ਮੈਂ। ਬੱਸ 'ਚ ਕੋਈ ਦਿੱਕਤ ਹੋ ਗਈ, ਡਰਾਈਵਰ ਭਾਈ ਸਾਹਿਬ ਉਤਰ ਕੇ ਚੈੱਕ ਕਰ ਰਿਹਾ ਮੈਨੂੰ ਲੱਗਦਾ। ਉਹ ਦੇਖੋ ਲੀਕ ਹੋਣ ਲੱਗ ਗਿਆ ਕੁਛ, ਰੇਡੀਏਟਰ ਦੇ ਅੱਗੇ ਵੀ ਦੇਖੋ ਕਿੰਨਾ ਕੁਛ ਲਾ ਕੇ ਰੱਖਦੇ ਆ। ਪਹਾੜਾਂ ਦੇ ਵਿੱਚ ਬਸਿਆ ਹੈ ਵੀ ਇਹ ਸ਼ਹਿਰ, ਉਰੇ ਸਾਰੀ ਪਹਾੜ ਨੇ ਸਾਰੇ ਪੈਂਪਾਂ ਪੂੰਪਾਂ ਟਰੱਕ ਜੇ ਖੜੇ ਆ। ਦੇਖੋ ਇਹ ਸਰਕਾਰ ਦੇ, ਇੱਧਰ ਇੱਧਰ ਉਹ ਮਿਊਜ਼ੀਅਮ, ਆਹ ਪੈਟਰੋਲ ਪੰਪ ਜਿਹਾ ਬਈ। ਪੈਟਰੋਲ ਪੰਪ ਵੀ ਸਾਰਾ ਵੀ ਬਰਫ਼ 'ਚ ਲੁਕਿਆ ਪਿਆ, ਉਰੇ ਪੈਟਰੋਲ ਮਹਿੰਗਾ ਹੈ ਬਈ। ਉਰੇ ਤਾਂ ਠੰਡ ਹੀ ਹੈ ਵੀ, ਹਰ ਚੀਜ਼ ਹੀ ਮਹਿੰਗੀ ਹੈ ਤੁਹਾਨੂੰ ਦੱਸੀ ਹੈ। 10 ਕਿਲੋਮੀਟਰ ਆ ਜਾਣਾ ਮੈਂ ਬਾਹਰ ਸ਼ਹਿਰ ਤੋਂ ਬਈ। ਆਹ ਟਰੱਕ ਜੇ ਖੜੇ ਆ ਉਰੇ, ਜਿਹੜੇ ਸਮਾਨ ਢੋਆ ਢੋਈ ਕਰਦੇ ਆ, ਆਹ ਕੂੜਾ ਚੱਕਣ ਵਾਲੇ ਟਰੱਕ ਟਰੁੱਕ। ਬਰਫ਼ ਹੀ ਬਰਫ਼ ਮੇਰੇ ਬੂਟਾਂ 'ਤੇ। ਆਹ ਰੋਡ 'ਤੇ ਵੀ ਸਾਰੀ ਬਲੈਕ ਆਈਸ ਜੰਮੀ ਪਈ ਹੈ। ਇਹ ਸਾਰੀ ਵੀ ਲੇਕ ਹੈ ਜਿਹੜੀ ਫਰੋਜਨ ਹੋਈ ਪਈ ਹੈ ਵੀ, ਮੈਪ 'ਤੇ ਦਿਖਾ ਰਿਹਾ ਉਰੇ ਪਾਣੀ ਹੁੰਦਾ ਸਮਰ 'ਚ। ਇੱਥੋਂ ਹੀ ਸ਼ੁਰੂ ਹੁੰਦੀਆਂ ਨੇ ਵੀ ਪੈਂਪਾਂ, ਇੱਥੋਂ ਨਿਕਲਦੀਆਂ ਨੇ ਸਾਰਾ ਫੈਕਟਰੀ। ਇਹ ਵੱਡਾ ਸਾਰਾ ਕਾਰਖਾਨਾ, ਸ਼ਾਇਦ ਇੱਥੇ ਗੈਸ ਦੇ ਟੈਂਕਰ ਟੂੰਕਰ ਆਉਂਦੇ, ਜੋ ਵੀ ਇੱਥੋਂ ਹੀ ਜਾਂਦੀ ਹੈ ਸਾਰੀ ਸਪਲਾਈ। ਬਰਫ਼ ਅਜੇ ਤਾਂ ਬਹੁਤ ਥੋੜ੍ਹੀ ਪੈ ਰਹੀ ਹੈ ਵੀ, ਜਦੋਂ ਬਹੁਤ ਜ਼ਿਆਦਾ ਬਰਫ਼ ਪੈਂਦੀ ਉਦੋਂ ਤਾਂ ਉਰੇ ਪਤਾ ਨਹੀਂ ਕੀ ਹਾਲ ਹੁੰਦਾ ਹੁਣ। ਹਾਂ ਦਰਾਸਤੀ ਵਿੱਚ ਕੁਦਾ ਮਿਊਜ਼ੀਅਮ ਦਾਦਾ ਮਿਊਜ਼ੀਅਮ ਬਲਸ਼ੋਈ ਸਪਾਈਸੀ ਵਾ, ਉਹ ਕਹਿੰਦੀ ਸਿੱਧਾ ਆ ਉੱਥੋਂ ਲੈਫਟ ਹੋ ਜਾ, ਉਹ ਸਾਹਮਣੇ ਮੂਜ਼ੇ ਹੈ, ਮਿਊਜ਼ੀਅਮ ਨੂੰ ਮੂਜ਼ੇ ਕਹਿੰਦੇ ਹੈ। ਬਰਫ਼ ਦੇਖੋ ਕਿਵੇਂ ਉੱਡਦੀ ਹੈ ਟਾਇਰਾਂ ਹੇਠ, ਉੱਥੇ ਹੈ ਵੀ ਮਿਊਜ਼ੀਅਮ, ਸਾਰੀ ਹੈ ਬਰਫ਼ ਹੀ ਬਰਫ਼ ਹੈ। ਇੱਕ ਤਾਂ ਪੈਰ ਨਾ ਮੇਰਾ ਤਲਸ ਜਿਹਾ, ਮੈਨੂੰ ਡਰ ਲੱਗਦਾ ਰਹਿੰਦਾ ਕਿਉਂਕਿ ਬਰਫ਼ ਜੀ ਉੱਪਰੋਂ ਹੀ ਦੇਖਣ ਨੂੰ ਸੋਹਣੀ ਲੱਗਦੀ ਹੈ। ਆ ਐਂਟਰੈਂਸ ਹੈ ਵੀ ਸਾਰੀ ਮਿਊਜ਼ੀਅਮ ਦੀ, ਮਿਊਜ਼ੀਅਮ 'ਚ ਬਾਅਦ 'ਚ ਜਾਵਾਂਗੇ, ਪਹਿਲਾਂ ਸਾਰੀ ਲੇਕ ਦੇਖ ਲਓ ਵੀ ਇਹਦਾ ਹਾਲ। ਇਹ ਸਾਰੀ ਲੇਕ ਹੈ ਜਿਹੜੀ ਚਿੱਟੀ ਚਿੱਟੀ ਬਰਫ਼ ਦੇਖ ਰਹੀ ਹੈ ਤੁਹਾਨੂੰ, ਬਹੁਤ ਵੱਡੀ ਇਹ ਲੇਕ ਹੈ, ਸਾਰੀ ਜੰਮੀ ਪਈ ਹੈ। 10 ਤੋਂ 5 ਵਜੇ ਤੱਕ ਇਹ ਖੁੱਲ੍ਹਾ ਰਹਿੰਦਾ ਵੀ ਰੋਜ਼। ਇੱਥੇ ਟਿਕਟ ਦਾ ਬੜਾ ਅਲੱਗ ਹਿਸਾਬ ਕਿਤਾਬ ਹੈ ਵੀ, ਜੇ ਤੁਸੀਂ ਫੈਮਿਲੀ ਚਾਹੁੰਦੇ ਹੋ ਤਾਂ 250 ਰੁਪਏ ਟਿਕਟ ਹੈ, ਜੇ ਤੁਹਾਡੀ ਫੈਮਿਲੀ ਬਾਹਲੀ ਵੱਡੀ ਹੈ ਤਾਂ 150 ਰੁਪਏ ਹੈ। ਅਡਲਟ ਅਤੇ ਬੱਚਿਆਂ ਵਾਲਾ ਤਾਂ ਚਲੋ ਸਾਰੇ ਪਾਸੇ ਹੁੰਦਾ, ਨਵਾਂ ਹੀ ਸਿਸਟਮ ਦੇਖਣ ਨੂੰ ਮਿਲਿਆ ਮੈਨੂੰ। ਇਹ ਤੋਂ ਪਰਾਂ ਵੀ ਪਰਮਾ ਫਰੋਸਟ ਹੈ ਸਰ, ਓਕੇ। ਇਹ ਸਾਰੀ ਐਂਟਰੈਂਸ ਹੈ ਵੀ, ਟਿਕਟ ਲੈ ਲਈ 500 ਰੂਬਲ ਦੀ, ਇੱਥੇ ਬੂਟ ਬਾਟ ਸਾਰਾ ਕੁਛ ਮਿਲਦਾ। ਈਵਨ ਉਰੇ ਤੁਸੀਂ ਰਹਿ ਵੀ ਸਕਦੇ ਹੋ ਇੱਕ ਦਿਨ ਲਈ। ਮੈਂ ਖੁਸ਼ ਹੋ ਗਿਆ ਸੀ, ਇੰਨੀ ਸਸਤੀ ਕੌਫੀ, ਪੈਸਿਆਂ ਦੇ ਹਿਸਾਬ ਨਾਲ ਵੀ ਕੁਆਂਟਿਟੀ ਵੀ ਉੱਨੀ ਕੀ ਹੈ, ਕਿਉਂਕਿ ਕੌਫੀ ਪੀ ਕੇ ਮੈਨੂੰ ਉੱਥੇ ਗਰਮੀ ਆ ਗਈ। ਮੈਂ ਕਿਹਾ ਮੈਂ ਜੈਕਟ ਲਾ ਕੇ ਵਗ ਜਾਂ, ਉਹ ਕਹਿੰਦਾ ਅੰਦਰ ਦਾ ਬਹੁਤ ਜ਼ਿਆਦਾ ਠੰਡ ਹੈ ਬਈ। ਆਹ ਸਾਰੀ ਬਰਫ਼ ਹੈ ਵੀ, ਦੇਖੋ ਕਿਵੇਂ ਜੰਮੀ ਪਈ ਹੈ। ਆਹ ਲਾਈਟਾਂ ਲੂਟਾਂ ਲਾਈਆਂ ਹੋਈਆਂ ਨੇ, ਆਹ ਸਾਰਾ ਪਰਮਾ ਫਰੋਸਟ ਹੈ। ਆਹ ਦਿਲ ਦੁਲ ਜੇ ਬਣਾਏ ਪਏ ਆ ਦੇਖੋ, ਸਾਰੇ ਮੁਹੱਬਤ ਵਾਲਿਆਂ ਨੇ ਨਾਮ ਨੂਮ ਲਿਖ ਰੱਖਿਆ ਵੀ ਆਪਦੇ ਸਾਰੇ। ਡਿੱਗਦੀ ਹੈ ਵੀ ਬਰਫ਼, ਇਹ ਸਾਰੀ ਓਰਿਜਨਲ ਜੰਮੀ ਹੋਈ ਹੈ, ਕੋਈ ਆਰਟੀਫਿਸ਼ਲ ਨਹੀਂ, ਇਹ ਓਰਿਜਨਲ ਪਰਮਾ ਫਰੋਸਟ ਹੈ। ਕਾਫ਼ੀ ਵੱਡਾ ਹੈ ਬਈ, ਕਿੰਨੀ ਜ਼ਿਆਦਾ ਬਰਫ਼ ਹੈ ਆਹ ਦੇਖੋ ਸਾਰੀ। ਪਰਮਾ ਫਰੋਸਟ ਵੀ ਕੀ ਹੁੰਦਾ, ਇਹ ਪਹਿਲਾਂ ਛੋਟੀ ਜਿਹੀ ਧਰਤੀ ਦੀ ਲੇਅਰ ਹੁੰਦੀ ਹੈ, ਉਹ ਤੋਂ ਹੇਠਾਂ ਵੀ ਬਰਫ਼ ਹੁੰਦੀ ਹੈ, 400 ਮੀਟਰ ਤੱਕ ਹੋ ਸਕਦੀ ਹੈ, 500 ਮੀਟਰ ਤੱਕ ਹੁੰਦੀ ਹੈ, ਉਹ ਤੋਂ ਬਾਅਦ ਫਿਰ ਹੇਠਾਂ ਧਰਤੀ ਹੁੰਦੀ ਹੈ, ਹੈ ਨਾ। ਤਾਂ ਹੀ ਕਰਕੇ ਸਾਰੇ ਘਰ ਉਰੇ ਪਿੱਲਰ ਮਾਰ ਮਾਰ ਕੇ, ਮੈਂ ਧਰਤੀ ਲੱਭੀ ਗਈ ਹੈ ਵੀ ਕਿੱਥੇ, ਹੈ ਨਾ, ਬਰਫ਼ ਨੂੰ ਕ੍ਰੋਸ ਕਰਕੇ। ਅਤੇ ਓਰਿਜਨਲ ਪਰਮਾ ਫਰੋਸਟ ਹੈ ਆਹ ਸਾਰਾ ਉੱਪਰ, ਉਹ ਟਿੱਕੀ ਬਰਫ਼ ਮਤਲਬ ਉੱਪਰ ਸਾਰੀ ਧਰਤੀ ਹੈ, ਆਹ ਸਾਰੀ ਬਰਫ਼ ਹੈ, ਸਾਰੀ ਜੰਮੀ ਹੋਈ ਬਰਫ਼ ਹੈ, ਇਹ ਤੋਂ ਉੱਪਰ ਧਰਤੀ ਹੈ, ਹੇਠਾਂ ਵੀ ਬਰਫ਼ ਹੈ 400 ਮੀਟਰ ਤੱਕ, ਪਤਾ ਨਹੀਂ ਕਿੱਥੇ ਤੱਕ ਹੈ। ਪੂਰਾ ਬਣਾਇਆ ਗਿਆ ਨਾ ਟੈਡੀ ਬੀਅਰ ਜੇ ਵਗੈਰਾ, ਦੇਖੋ ਇਹ ਖੁਰਦੇ ਨਹੀਂ ਕਿਉਂਕਿ ਉਰੇ ਠੰਡ ਹੀ ਇੰਨੀ ਕੁ ਜ਼ਿਆਦਾ ਹੈ, ਇਹ ਬਰਫ਼ ਕਦੇ ਨਹੀਂ ਖੁਰਦੀ ਵੀ, 1-2 ਸਾਲ ਤੱਕ ਨਹੀਂ ਖੁਰਦੀ, ਇਹ ਪਰਮਾ ਫਰੋਸਟ ਹੋ ਜਾਂਦਾ ਫਿਰ, ਨਾ ਹੀ ਰਹਿੰਦੀ ਹੈ ਇਹ। ਕਿੰਨਾ ਸੋਹਣਾ ਲੱਗ ਰਿਹਾ ਯਾਰ ਉੱਪਰੋਂ, ਓ ਬਾਈ।
ਉੱਪਰ ਤਾਂ ਬਾਹਲੀ ਜ਼ਿਆਦਾ ਬਰਫ਼ ਜੰਮੀ ਹੋਈ ਹੈ ਅਤੇ ਕਾਫ਼ੀ ਵੱਡਾ ਹੈ ਬਈ ਇਹ ਮਿਊਜ਼ੀਅਮ, ਕੋਈ ਛੋਟਾ ਮੋਟਾ ਨਹੀਂ। ਮਤਲਬ ਇੰਨਾ ਕੁ ਜ਼ਿਆਦਾ ਉਰੇ ਲੋਐਸਟ ਟੈਂਪਰੇਚਰ ਹੈ, ਉੱਪਰੋਂ ਡਿੱਗਦੀ ਵੀ ਨਹੀਂ ਬਰਫ਼ ਹੈ ਸਾਰੀ। ਆਹ ਦੇਖੋ ਟੇਬਲ ਬਣਾਇਆ ਬਈ, ਆਹ ਮੱਛੀਆਂ ਬਣਾਈਆਂ ਹੋਈਆਂ ਨੇ, ਆਹ ਦੇਖੋ ਆਹ ਉਰੇ ਬਹਿ ਕੇ ਲੋਕ ਖਾਂਦੇ ਪੀਂਦੇ ਆ ਬਈ, ਸਾਰੀ ਬਾਰ ਜੀ ਟਾਈਪ ਬਣਾਈ ਹੋਈ ਹੈ ਗੱਲਬਾਤ। ਕਿੰਨਾ ਜ਼ਿਆਦਾ ਸੋਹਣਾ ਲੱਗ ਰਿਹਾ, ਸਾਰੀਆਂ ਲਾਈਟਾਂ ਲਾਈ ਹੋਈ, ਉੱਪਰ ਜਾਲੀ ਵੀ ਲਾਈ ਹੋਈ ਹੈ ਈਵਨ, ਹੈ ਨਾ। ਆਹ ਦੇਖੋ ਸਾਰੀਆਂ ਬਰਫ਼ ਦੀਆਂ ਬਣਾਈਆਂ ਗਈਆਂ ਨੇ। ਇੱਥੇ ਬੈਠ ਕੇ ਤੁਸੀਂ ਫੋਟੋ ਫੋਟੋ ਖਿਚਾ ਸਕਦੇ ਹੋ ਜੇ ਕਪਲੋਂ ਤੋਂ ਦਿਲ ਜੇ ਬਣਾਏ ਹੋਏ। ਆ ਦੇਖੋ ਆਲ ਯੂ ਨੀਡ ਇਜ਼ ਲਵ, ਜੋ ਤੁਹਾਨੂੰ ਚਾਹੀਦਾ। ਆਹ ਸਾਰੀ ਬਰਫ਼ ਹੈ ਬਈ। ਆਹ ਹਿਰਨ, ਰਾਜਿਆਂ ਦੇ ਮਹਿਲ ਮੂਲ, ਹੈ ਨਾ, ਰਾਜਤੰਤਰ। ਆ ਦੇਖੋ ਇਹਨਾਂ ਦਾ ਗੋਡ ਹੈ ਬਈ, ਪੋਲ ਆਫ ਕੋਲਡ ਤੋਂ ਆਇਆ ਕਰਦਾ, ਪੂਰੀ ਠੰਡ ਜਿਹੜਾ ਯਾਕੂਤੀਆ ਆ ਬਣਾਇਆ ਗਿਆ ਬਾਬਾ। ਸਾਈਬੇਰੀਆ ਪਾਰਟ ਹੈ ਵੀ ਯਾਕੂਤੀਆ, ਯਾਕੂਤ ਕੇ ਬਹੁਤ ਜ਼ਿਆਦਾ ਰਿਚ ਹੈ ਵੀ, ਤਾਂ ਜਵੈਲਰੀ ਵੀ ਸਭ ਤੋਂ ਪਹਿਲਾਂ ਰਸ਼ੀਆ ਦੀ 70% ਜਵੈਲਰੀ ਡਾਇਮੰਡ ਇੱਥੋਂ ਹੀ ਨਿਕਲਦੇ ਆ। ਤਾਂ 1970 'ਚ ਵੀ ਇੱਕ ਕਿਰਗੀ ਨਾਮ ਦੀ ਕੰਪਨੀ ਸੀ ਜਿਹਨੇ ਇੱਥੇ ਜਵੈਲਰੀ ਬਣਾਉਣੀ ਸਟਾਰਟ ਕੀਤੀ ਸੀ ਹੀਰਿਆਂ ਦੀ, ਉਹ ਵੀ ਰੀਪ੍ਰਜੈਂਟ ਕੀਤਾ ਗਿਆ ਸਾਰਾ ਕੁਛ। ਆਹ ਦੇਖੋ ਹਾਰ ਹੂਰ ਜੇ ਭਰ ਕੇ, ਆਹ ਦੇਖੋ ਵੂਮੈਨ ਦੇ ਹਾਰ ਹੂਰ, ਇਹ ਸਾਰੇ ਕੁਛ ਇਹ 'ਚ ਡਾਇਮੰਡ ਲੱਗੇ ਹੋਏ ਆ ਵੀ ਹਾਰਾਂ 'ਚ, ਐਵੇਂ ਦੀ ਜਵੈਲਰੀ ਪਾਉਂਦੇ ਆ ਵੀ, ਲਗਭਗ ਡਾਇਮੰਡ ਹੀ ਲੱਗੇ ਹੁੰਦੇ ਆ ਸਾਰੇ ਕਾਸੇ 'ਚ। ਕੱਛੂ ਜਿਹੇ ਦੇਖੋ ਕਿੰਨੇ ਸੋਹਣੇ ਯਾਰ ਬਰਫ਼ ਦੇ। ਬਰਫ਼ ਦੀ ਐਡੀ ਵੱਡੀ ਕਲਾਕਾਰੀ ਮੈਂ ਪਹਿਲੀ ਵਾਰ ਐਕਸਪੀਰੀਅੰਸ ਕਰ ਰਿਹਾ ਜ਼ਿੰਦਗੀ 'ਚ, ਅਤੇ ਡਿਫਰੈਂਟ ਜਿਹਾ ਮਿਊਜ਼ੀਅਮ ਹੈ ਬਰਫ਼ ਦਾ ਮਿਊਜ਼ੀਅਮ। ਆਹ ਪੂਰਾ ਸ਼ਾਸਕ ਬਣਾਇਆ ਗਿਆ ਵੀ, ਘੋੜੇ 'ਤੇ ਜਾ ਰਿਹਾ ਰਾਜਾ ਨਾ ਤਲਵਾਰ ਚੱਕੀ, ਜਿਵੇਂ ਥਰਡ ਵਰਲਡ ਆਰਡਰ ਹੈ ਫਲਾਣਾ ਅਤੇ ਮੁਕਾ, ਪਤਾ ਨਹੀਂ ਅਲੱਗ ਅਲੱਗ ਫਿਲੋਸਫੀਆਂ ਨੇ। ਐਂ ਕਹਿੰਦੇ ਆ ਵੀ ਜਿਹੜੀ ਦੁਨੀਆ ਹੈ ਨਾ ਉਹ 3 ਭਾਗਾਂ 'ਚ ਵੰਡੀ ਹੋਈ ਹੈ, ਅੱਪਰ ਵਰਲਡ, ਲੋਅਰ ਵਰਲਡ ਅਤੇ ਮਿਡਲ ਵਰਲਡ। ਜਿਹੜਾ ਅੱਪਰ ਵਰਲਡ ਹੈ ਉਹਦੇ ਵਿੱਚ ਰਹਿੰਦੇ ਆ ਭਗਵਾਨ, ਦੇਵੀ ਦੇਵਤੇ, ਹੈ ਨਾ, ਜਿਹੜੀਆਂ ਪਹੁੰਚੀਆਂ ਹੋਈਆਂ ਚੀਜ਼ਾਂ ਨੇ। ਜਿਹੜਾ ਮਿਡਲ ਵਰਲਡ ਹੈ ਵਿਚਾਲਾ ਸੰਸਾਰ, ਉਹਦੇ ਵਿੱਚ ਆਪਣੇ ਵਰਗੇ ਪ੍ਰਾਣੀ ਰਹਿੰਦੇ ਆ, ਪਸ਼ੂ ਪੰਛੀ, ਹੈ ਨਾ। ਜਿਹੜਾ ਵੀ ਜਿਹੜਾ ਲੋਅਰ ਵਰਲਡ ਹੈ, ਜਿਹੜਾ ਅੰਡਰਗਰਾਊਂਡ, ਜਿਵੇਂ ਮਿਊਜ਼ੀਅਮ ਅੰਡਰਗਰਾਊਂਡ, ਹੈ ਨਾ, ਇਹਦੇ ਵਿੱਚ ਰਹਿੰਦੇ ਵੀ ਡੈਵਲ, ਰਾਕਸ਼ਸ਼, ਉਹ ਸਭ ਰਹਿੰਦੇ, ਹੈ ਨਾ। ਪਤਾ ਨਹੀਂ ਯਾਰ ਜਿੰਨੇ ਮੂੰਹ ਉਨੀਆਂ ਗੱਲਾਂ। ਕਈ ਕੁਛ ਲਿਖਿਆ ਵੀ ਉਰੇ ਉੱਪਰ ਵਰਲਡ, ਲੋਅਰ ਵਰਲਡ ਹੈ, ਦੇਵੀ ਦੇਵਤੇ ਬੁੱਤ ਰਹਿੰਦੇ ਆ, ਅਤੇ ਉਹੀ ਚੀਜ਼ਾਂ ਉਰੇ ਸਾਰੀਆਂ ਰੀਪ੍ਰਜੈਂਟ ਕੀਤੀਆਂ ਗਈਆਂ ਨੇ। ਆ ਰਾਕਸ਼ ਰੂਕਸ਼ ਇਹ ਹੇਠਲੇ ਵਰਲਡ 'ਚ ਆ ਗਏ। ਉਰੇ ਆਈਸ ਸਲਾਈਡ ਵੀ ਬਈ ਤੁਸੀਂ ਕਰ ਸਕਦੇ ਹੋ, ਦੇਖੋ ਆਹ ਸਾਰੀ ਘੁੰਮ ਕੇ ਇੱਧਰ ਕਰਾਂਗੇ ਫਿਰ, ਕਿਆ ਛੱਡਣਾ ਹੁਣ। ਲਓ ਬਈ ਹੌਲੀ ਹੌਲੀ, ਹੁੰਦੀ ਤਾਂ ਹੈ ਨਹੀਂ ਯਾਰ ਸਲਾਈਡ, ਸਵਾਦ ਹੀ ਸਲਾਈਡ ਹੈ। ਮੈਂ ਤਾਂ ਵਿਚਾਲੇ ਖੜ ਗਿਆ, ਇਹ ਤਾਂ ਧੱਕਾ ਹੋ ਗਿਆ ਯਾਰ, ਪਤਾ ਨਹੀਂ ਵਜਨ ਜ਼ਿਆਦਾ ਮੇਰੇ 'ਚ। ਜਿਹੜੇ ਹੀਰੇ ਆ ਨਾ ਉਹ ਕਹਿੰਦੇ ਔਰਤਾਂ ਦੇ ਵੀ ਕੁੜੀਆਂ ਦੇ ਪੱਕੇ ਦੋਸਤ ਨੇ, ਹੋਰ ਕੁਛ ਨਹੀਂ, ਦੋਸਤ ਦੋਸਤ ਹੁੰਦੇ। ਐਂ ਲਿਖਿਆ ਹੋਇਆ ਉੱਥੇ, ਮੈਂ ਝੂਠ ਨਹੀਂ ਬੋਲ ਰਿਹਾ। ਸਨੋ ਵਾਲਾ ਹੋਟਲ ਹੈ ਵੀ, ਬੈੱਡ ਵੀ ਦੇਖੋ ਸਾਰਾ ਬਰਫ਼ ਦਾ ਬਣਿਆ, ਇਹ ਬੁਲਫ਼ ਦੀ ਖੱਲ ਦਾ ਵੀ, ਸਾਰੇ ਸਿਰਾਣੇ ਸਿਰੂਣੇ। ਉਰੇ ਤੁਸੀਂ ਰਹਿ ਸਕਦੇ ਹੋ, ਜਿਹੜਾ ਉਰੇ ਤਾਪਮਾਨ ਹੈ ਮੈਨਸ 4 ਤੋਂ ਉੱਪਰ ਜਾਂਦਾ ਹੀ ਨਹੀਂ, ਜੇ ਤੁਸੀਂ ਠੰਡ ਫੀਲ ਕਰਨੀ ਹੈ। ਦੇਖੋ ਵੀ ਉਰੇ ਨਾਮ ਲਿਖਿਆ ਸੀ ਦੁਬਾਰੇ, ਫਿਰ ਉਰੇ ਆਪੇ ਹੀ ਬਰਫ਼ ਜਾਊਂਗੀ, ਉਹ ਦੇਖੋ ਮਿਟ ਗਿਆ। ਘੰਟਾ ਕੁ ਆਪਾਂ ਨੇ ਮਿਊਜ਼ੀਅਮ 'ਚ ਬਿਤਾਇਆ, ਹੁਣ ਬਾਹਰ ਆ ਗਏ ਯਾਰ, ਬਰਫ਼ ਜੀ ਘੱਟ ਗਈ ਦੇਖੋ। ਮੈਨੂੰ ਤਾਂ ਲੂਣ ਹੀ ਲੱਗ ਰਿਹਾ ਏ, ਬਰਫ਼ ਤਾਂ ਲੱਗ ਹੀ ਨਹੀਂ ਰਹੀ। ਉਈ ਨਾ ਬਾਬੇ ਪੈਰ ਪੂਰ, ਡਰ ਵੀ ਲੱਗ ਰਿਹਾ ਥੋੜ੍ਹਾ ਥੋੜ੍ਹਾ ਉਈ ਕਿਤੇ ਮੈਂ, ਪਰ ਇੱਥੋਂ ਦੇਖੋ ਗੱਡੀ ਗੁੱਡੀ ਗਈ ਹੋਈ ਹੈ। ਆਹ ਸਾਰੀ ਵੀ ਜਮੀ ਹੋਈ ਲੇਕ ਹੈ ਬਹੁਤ ਜ਼ਿਆਦਾ ਵੱਡੀ, ਇੱਥੋਂ ਸਾਰੇ ਆਹ ਦੇਖੋ ਬਰਫ਼ ਲੈ ਕੇ ਵੀ ਗਏ ਆ ਈਵਨ ਇੱਥੋਂ ਬਈ, ਭਰ ਭੁਰ ਕੇ, ਹੈ ਨਾ, ਕੈਂਟਰ ਕੁੰਟਰ ਜੇ। ਪੁਲਿਸ ਜੀ ਖੜੀ ਆ ਅੱਗੇ ਉਰੇ, ਚੈਕਿੰਗ ਪੋਸਟ ਐਵੇਂ ਲੱਗਦਾ, ਹੈ ਨਾ, ਕਿਉਂਕਿ ਉਰੇ ਦੋ ਰਾਹ ਵੰਡ ਰਹੇ ਆ। ਹੁਣ ਆਪਾਂ ਹਸਕੀ ਕੁੱਤਿਆਂ ਦੀ ਰਾਈਡ ਲੈਣ ਜਾ ਰਹੇ ਹਾਂ, ਉਰੇ ਬਰਫ਼ 'ਤੇ ਸਕੇਟਿੰਗ ਹੁੰਦੀ ਹੈ, ਅਲ ਫਰੋਜ਼ਨ ਲੇਕ ਵਿੱਚ ਦੀ ਜਾ ਰਿਹਾ ਵੀ, ਬਹੁਤ ਜ਼ਿਆਦਾ ਸੋਹਣਾ ਵਿਊ ਹੈ। ਆਹ ਸਾਰੇ ਵੀ ਸਾਈਬੇਰੀਅਨ ਹਸਕੀ ਕੁੱਤੇ, ਦੇਖੋ ਠੰਡ ਨਹੀਂ ਇਹਨਾਂ ਨੂੰ ਲੱਗਦੀ ਇੰਨੀ, ਮੈਨਸ ਮੂਨਸ ਇੱਥੇ ਸਾਰੇ ਬਹੁਤ ਜ਼ਿਆਦਾ ਆ ਬਈ। ਆਹ ਦੇਖੋ ਕਿੰਨੇ ਪਿਆਰੇ ਆ, ਉਹ ਸਾਰੇ ਬੰਨੇ ਪਏ। ਆਹ ਦੇਖੋ ਪੰਛੀ ਵੀ ਉੱਡ ਰਹੇ ਯਾਰ, ਇੰਨੇ ਟੈਂਪਰੇਚਰ 'ਚ ਮੈਨਸ ਜਾਣ ਕਾਗਜ਼ੇ, ਬਹੁਤ ਜ਼ਿਆਦਾ ਕੁੱਤੇ ਆ ਵੀ ਉਰੇ ਹਸਕੀ। ਆਹ ਇਹਨਾਂ ਦੇ ਛੋਟੇ ਛੋਟੇ ਬਣਾਏ ਆ ਦੇਖੋ,
ਵਾਈਟ ਤੇ ਬਲੈਕ ਜਾ ਕਿੰਨਾ ਸੋਹਣਾ ਲੱਗ ਰਿਹਾ। ਸਾਰੇ ਹਸਕੀ ਨੇ ਯਾਰ ਇੱਥੋਂ ਦੀ ਨਸਲ, ਇਹਨਾਂ ਨੂੰ ਮੀਟ ਮੂਟ ਜਿਹਾ ਪਾਇਆ ਪਿਆ ਵੀ ਸਾਰੇ ਮੀਟ ਹੀ ਖਾਂਦੇ ਆ। ਦੇਖੋ ਜੱਤ ਜੀ, ਹਾਂ ਕਿਵੇਂ ਆ, ਇਹਨਾਂ ਦੀਆਂ ਵੀ ਰੇਹੜੀਆਂ ਜੀਆਂ ਨੇ ਜਿਹੜੀਆਂ ਖਿੱਚਦੇ ਆ ਬਰਫ ਦੇ। ਟੋਗੋ ਫਿਲਮ ਵੀ ਬਣੀ ਹੋਈ ਹੈ ਵੀ ਹਸਕੀ 'ਤੇ, ਕਿਉਂਕਿ ਉਰੇ ਵਾਇਰਸ ਫੈਲ ਗਿਆ ਸੀ ਇੱਕ ਕਾਫੀ ਸਾਲ ਪਹਿਲਾਂ, ਉਦੋਂ ਕੋਈ ਰਾਹ ਰੂਹ ਨਹੀਂ ਹੁੰਦਾ ਸੀ ਤਾਂ ਹਸਕੀ ਵੀ ਕਾਫੀ ਦਿਨਾਂ ਤੁਰ ਕੇ ਭੱਜ ਕੇ ਹੈ ਨਾ ਬਰਫ਼ ਦੇ ਵਿੱਚ ਦੀ ਵੈਕਸੀਨ ਲੈ ਕੇ ਆਇਆ ਸੀ ਤਾਂ ਕਾਫੀ ਲੋਕ ਬਚਾਏ ਸੀ। ਉਹ ਤੋਂ ਬਾਅਦ ਇਹ ਨਸਲ ਕਾਫੀ ਜ਼ਿਆਦਾ ਪ੍ਰਚਲਿਤ ਹੋ ਗਈ ਸੀ, ਮਸ਼ਹੂਰ ਹੋ ਗਈ ਸੀ। ਆਹ ਗੱਡੀ ਹੈ ਵੀ ਫਾਇਰ ਬ੍ਰਿਗੇਡ ਦੀ, ਕਿੰਨੀ ਵੱਡੀ ਹੈ। ਅੱਜ ਖੜਿਆ ਪੁਰਾਣਾ, ਔਰ ਇਹ ਕੁੱਤਿਆਂ ਦੀਆਂ ਡੰਮੀਆਂ ਬਣੀਆਂ ਗਈਆਂ ਨੇ। ਦੇਖੋ ਆ ਵੀ ਇਹ ਖਿੱਚਦੇ ਆਏ, ਆਹ ਘਰ ਦੇ ਦੱਸੇ ਇਹਦੇ ਅੰਦਰ ਦੇਖਦੇ ਜੇ ਮਿਲੂ। ਘਰ ਦੇ ਬਾਹਰ ਵੀ ਥਰਮਾਮੀਟਰ ਲੱਗਿਆ ਹੁੰਦਾ ਵੀ ਇੰਨਾ ਤਾਪਮਾਨ ਹੈ। ਦੇਖੋ ਮੈਨਸ 70 ਤੱਕ ਹੈ ਥਰਮਾਮੀਟਰ, ਜ਼ਿਆਦਾ ਰਹੇ ਆ। ਆਹ ਪੁਰਾਣੇ ਜੇ ਕੁੰਡੇ ਲੱਗੇ ਆ ਵੀ, ਜਾਂ ਕੂਤੀਆ ਦੇ ਪੁਰਾਣੇ ਘਰ, ਐਵੇਂ ਦਾ ਇਹਨਾਂ ਦਾ ਕਲਚਰ ਜੇ। ਟਿਕਟ ਲਾਇਆ ਮੈਂ 300 ਰੂਬਲ ਦੀ ਟਿਕਟ ਹੈ, ਇੱਧਰ ਭੇਜਤਾ ਇਹਨੇ ਔਜ਼ੇਰਾ, ਮਤਲਬ ਵੀ ਲੇਕ ਹੈ ਉਹ ਬਈ। ਉਰੇ ਵੀ ਉਰੇ ਤਾਂ ਬਹੁਤ ਵੱਡੇ ਵੱਡੇ ਹਸਕੀ ਕੁੱਤੇ ਆ, ਦੇਖੋ ਭਰਿਆ ਪਿਆ ਪੂਰਾ, ਕਿੰਨੇ ਕੁੱਤੇ ਆ ਵੀ ਹਸਕੀ। ਅੱਜ ਫਿਲਮਾਂ ਵਾਲੀ ਚੀਜ਼ ਮੈਂ ਐਕਸਪੀਰੀਅੰਸ ਕਰ ਰਿਹਾ ਜਿਹੜੀ ਸੋਚੀ ਸੀ ਬਈ, ਸਵਾਦ ਆਊ ਬਈ। ਬਹੁਤ ਜ਼ਿਆਦਾ ਜਾਨ ਹੈ ਇਹਨਾਂ 'ਚ, ਦੇਖੋ ਭੇੜੀਏ ਦੀ ਨਸਲ ਦੇ ਆ। ਇਹਨਾਂ ਦਾ ਵੀ ਇਹ ਹੁੰਦਾ ਸਲਾਈਡਿੰਗ ਵਾਲਾ ਹੁੰਦਾ, ਦੇਖੋ ਆ ਪਿੱਛੇ, ਹਾਂ ਆਹ ਲਾਇਆ ਹੁੰਦਾ ਵੀ ਇਹਨਾਂ ਨੇ ਬਈ, ਲੈ ਕੇ ਖਿੱਚ ਕੇ। ਵਾਹ ਕਿਆ ਨਜ਼ਾਰਾ ਆ ਰਿਹਾ ਯਾਰ, ਕਿੰਨੀ ਸਪੀਡ ਨਾਲ ਜਾ ਰਿਹਾ, ਦਵਾਈ ਦਵਾਈ ਮਤਲਬ ਕਮਾਉਣ ਕਮਾਉਣ, ਬਹੁਤ ਜ਼ਿਆਦਾ ਫਾਸਟ। ਉਹ ਬਾਈ ਉਹ ਕਮਾਤਾ ਬਈ, ਬਹੁਤ ਜਾਣ ਹੈ ਇਹਨਾਂ 'ਚ, ਕਿੰਨੇ ਮੋਟੇ ਮੋਟੇ ਆ ਦੇਖੋ, ਬਹੁਤ ਜ਼ਿਆਦਾ ਮੀਟ ਪਾਉਂਦੇ ਇਹਨਾਂ ਨੂੰ। ਕਮਾਤਾ ਬਈ ਮੈਂ ਤਾਂ, ਮਹਿਸੂਸ ਹੋ ਰਿਹਾ ਜਿਵੇਂ ਮੈਨੂੰ ਗਾਲਾਂ ਕੱਢ ਰਿਹਾ ਵੀ ਤੂੰ ਸਾਡੇ ਤੇ ਚੜ ਕੇ ਗਿਆ ਨਾ। ਹੋ ਗਿਆ ਬਈ, ਭੱਜ ਕੇ ਭੱਜਣ ਗਿਆ। ਲੈ ਬੰਨਦਾ ਬਈ, ਆ ਕਿੱਲਾ ਜਿਹਾ ਲਾਇਆ ਇਹਨਾਂ ਨੇ, ਦੇਖੋ ਕਿਵੇਂ ਖੜੇ ਹੁੰਦੇ ਆ ਬਈ। ਉਹ ਬਾਈ ਜ਼ਬਰਦਸਤ, ਉਹ ਲੈ ਗਿਆ ਬਈ, ਦੇਖੋ ਕਿਵੇਂ ਜਾਂਦੇ ਆ। ਬਹੁਤ ਜ਼ਿਆਦਾ ਕੁੱਤੇ ਆ ਵੀ ਉਰੇ, ਅਲੱਗ ਅਲੱਗ ਦੇਖੋ, ਆਹ ਆ ਗਏ ਇੱਥੇ ਬਾੜ ਤੇ, ਕਿੰਨੇ ਸੋਹਣੇ ਲੱਗ ਰਿਹਾ ਬਈ। ਆਹ ਦੇਖੋ ਵੀ ਇਹਦਾ ਕਿੰਨਾ ਵੱਡਾ, ਕਿਉਂ ਬਹੁਤ ਜ਼ਿਆਦਾ ਪਿੰਜਰ ਹੈ ਵੀ, ਉੱਥੇ ਤੱਕ ਹੀ ਪਿੰਜਰ ਆ ਸਾਰੇ, ਦੇਖੋ ਬਰਾਊਨ ਹਸਕੀ ਨੇ ਵੀ। ਆਹ ਕਿੰਨਾ ਘੈਂਟ ਹੈ ਇਹ ਹਸਕੀ, ਕਿੰਨਾ ਘੈਂਟ ਹੈ ਬਈ ਇਹ। ਆ ਦੇਖੋ ਦੰਦਾ ਪੋਜ, ਹੈਲੋ, ਇਹਨੇ ਦਾ ਵੀ ਸਰੀਆ ਜਿਹਾ ਹੀ ਤੋੜ ਰੱਖਿਆ, ਕਾਫੀ ਵੱਡਾ ਹੈ। ਆ ਦੇਖੋ ਟੁੱਟਰ ਖੜੇ ਆ ਵੀ, ਬਹੁਤ ਜ਼ਿਆਦਾ ਕੁੱਤੇ ਆ ਸਾਰੇ ਬੰਨੇ। ਇਹ ਸਾਰਾ ਇਲਾਕਾ ਵੀ ਸ਼ਹਿਰ ਤੋਂ ਬਹੁਤ ਜ਼ਿਆਦਾ ਬਾਹਰ ਹੈ ਅਤੇ ਲੇਕਾਂ ਦੇ ਵਿਚਾਲੇ ਹੈ। ਇੱਧਰ ਸਾਰੇ ਘਰ ਨੇ, ਲੋਕਲ ਲੋਕ ਰਹਿੰਦੇ ਆ, ਅਤੇ ਇਹ ਰੈਸਟੋਰੈਂਟ ਵੀ ਹੈ ਵੀ ਜਿੱਥੋਂ ਮੈਂ ਟਿਕਟ ਲਈ ਸੀ ਉੱਪਰ, ਕਾਫੀ ਵੱਡਾ ਸਿਟਿੰਗ ਏਰੀਆ ਹੈ ਸਾਰਾ। ਇਹਨਾਂ ਨੇ ਵੀ ਮੈਪ ਬਣਾ ਕੇ ਲਾਇਆ, ਦੇਖੋ ਇਹ ਸਾਰਾ ਫੋਰੈਸਟ ਹੈ, ਵਾਈਲਡ ਲਾਈਫ ਸੈਂਚਰੀ ਹੈ, ਆ ਵਿਚਾਲੇ ਦੋ ਲੇਕਾਂ ਹੈਗੀਆਂ। ਇਹ ਘਰ ਜ਼ਿਆਦਾ ਬਹੁਤ ਜ਼ਿਆਦਾ ਸੋਹਣਾ ਹੈ ਬਈ, ਉੱਪਰ ਦੇਖੋ ਆਲੇ ਦੁਆਲੇ ਲੱਕੜ, ਥੋੜ੍ਹਾ ਜਿਹਾ ਵਿਚਾਲੇ ਸ਼ੀਸ਼ਾ ਹੈ। ਆ ਬਾਬਾ ਵੀ ਸਾਰਾ ਲੱਕੜ ਦਾ ਬਣਾਇਆ, ਦੇਖੋ ਜਿਵੇਂ ਕੁਛ ਮੰਗ ਰਿਹਾ ਹੋਵੇ ਹੈ ਨਾ, ਤਾਂ ਮੂੰਹ ਜਿਹਾ ਦੇਖੋ ਬਈ। ਅੰਕੂ ਦਾ ਰੈਸਟੋਰੈਂਟ, ਰੈਸਟੋਰੈਂਟ ਹਾਂ,
ਗੱਡੀ ਸਟਾਰਟ ਹੈ ਅਤੇ ਓਨਰ ਅੰਦਰ ਵੱਗ ਗਏ, ਕਿਉਂਕਿ ਜੇ ਬੰਦ ਕਰਤੀ ਸਟਾਰਟ ਹੀ ਨਹੀਂ ਹੋਣੀ ਮੁੜ ਕੇ, ਇੰਨਾ ਕੁ ਲੋਅ ਟੈਂਪਰੇਚਰ ਹੈ। ਇਹ ਹੈਰੀਅਰ ਹੈ ਯਾਰ, ਹੈਰੀਅਰ ਤਾਂ ਟਾਟਾ ਦੀ ਹੈ ਪਰ ਇਹ ਲੋਗੋ ਟੋਇਟਾ ਦਾ, ਮੈਨੂੰ ਸਮਝ ਨਹੀਂ ਆਈ ਗੱਲਬਾਤ। ਸਾਹਮਣੇ ਵੀ ਫੈਕਟਰੀ ਹੈ ਕੋਈ ਅਤੇ ਧੂੰਆਂ ਚਿਮਣੀ ਚੱਲ ਰਹੀ ਹੈ। ਸਵਾਹ ਤਾਂ ਬਹੁਤ ਜ਼ਿਆਦਾ ਆ ਰਿਹਾ ਯਾਰ, ਅਲੱਗ ਅਲੱਗ ਆਪਾਂ ਐਕਟੀਵਿਟੀਆਂ ਕਰਦੇ ਹਾਂ ਹੈ ਨਾ, ਅਲੱਗ ਅਲੱਗ ਤਰ੍ਹਾਂ ਦਾ ਕਲਚਰ ਦੇਖਦੇ ਹਾਂ। ਇਹ ਸਾਰੇ ਲੋਕ ਵੀ ਉੱਧਰ ਰੈਸਟੋਰੈਂਟ 'ਚ ਜਾ ਰਹੇ ਆ, ਅਤੇ ਆਹ ਦੇਖੋ ਗੱਡੀ ਆ ਰਹੀ ਹੈ ਵੀ, ਇਹਦੇ ਉੱਪਰ ਸਾਰੇ ਬਰਫ਼ ਨਾਲ ਲਿਪਟੀ ਹੋਈ ਹੈ। ਆਹ ਦੇਖੋ ਬੋਨਟ ਦੇ ਉੱਪਰ ਸਾਰੇ ਬਰਫ਼ ਜੰਮੀ ਪਈ ਹੈ ਪੱਕੀ ਹੈ, ਐਂ ਬਰਫ਼ ਇੱਕ ਜਗ੍ਹਾ ਤੋਂ ਦੂਜੀ ਥਾਂ ਵੀ ਲੈ ਕੇ ਜਾਂਦੇ, ਪਤਾ ਨਹੀਂ ਕਿਉਂ ਯੂਜ਼ ਕਰਦੇ ਹੋਵੇ। ਇਹ ਸਾਰਾ ਵੀ ਆਟੋਮੇਟਡ ਸਿਸਟਮ ਹੋ ਰਿਹਾ, ਜੇ ਤੇਲ ਪਵਾਉਣਾ ਪਹਿਲਾਂ ਤੁਹਾਨੂੰ ਅੰਦਰ ਜਾਣਾ ਪਊਗਾ ਉੱਤਰ ਕੇ, ਉੱਥੋਂ ਵੀ ਇੰਨਾ ਤੇਲ ਪਵਾਉਣਾ ਉਹ ਫਿਰ ਉਹ ਓਪਨ ਕਰ ਦਿੰਦੀ ਵੀ ਉਹ ਨੰਬਰ ਤੋਂ ਪਵਾ ਲਓ। ਉਰੇ ਵੀ ਇਹ ਫੋਟੋ ਖਿੱਚਣ ਨੂੰ ਵੀ ਮੋਟਰਸਾਈਕਲ ਜਿਹਾ ਰੱਖਿਆ ਇਹਨਾਂ ਨੇ, ਪੁਰਾਣਾ ਜਿਹਾ ਖੰਭ ਜਿਹੇ ਲਾਏ ਹੋਏ ਆ, ਬੁਰਜ ਖਲੀਫਾ ਅੱਗੇ ਵੀ ਐਵੇਂ ਦੇ ਖੰਭ ਜੇ ਵੀ ਦਬਈ। ਕਾਫ਼ੀ ਵੱਡਾ ਸਟੋਰ ਹੈ ਯਾਰ, ਪੀਜ਼ਾ ਬਰਗਰ ਜਿਹੜਾ ਕੁਛ ਲੈਣਾ ਹੈ ਇੱਧਰ ਬਹਿ ਕੇ ਤੁਸੀਂ ਖਾ ਪੀ ਸਕਦੇ ਹੋ। ਆਹ ਤੇਲ ਵਾਲਾ ਪਤਾ ਨਹੀਂ ਪਾਣੀ ਵਾਲਾ ਟੈਂਕਰ ਹੈ, ਭਾਫ਼ ਜੀ ਨਿਕਲਦੀ ਜਾ ਰਹੀ ਹੈ ਬਈ। ਸ਼ਹਿਰਾਂ ਤੋਂ ਬਾਹਰ ਵੀ ਜਿਹੜੇ ਬੱਸ ਸਟੈਂਡ ਹੁੰਦੇ ਐਵੇਂ ਹੁੰਦੇ ਆ, ਬਸ ਆਹ ਫੋਟੋ ਜੀ ਲੱਗੀ ਹੁੰਦੀ ਹੈ ਬੈਠਣ ਬੁੱਠਣ ਨੂੰ। ਉਰੇ ਦੇਖਦੇ ਹਾਂ ਬੱਸ ਦਾ ਵੇਟ ਕਰਾਂਗੇ ਬਾਈ, ਮੈਂ ਹਜੇ ਬੈਠਿਆ ਸੀ, ਨਾਲ ਦੀ ਨਾਲ ਆਪਣੀ ਬੱਸ ਆ ਗਈ 6 ਨੰਬਰ। ਇਹ ਜਾਊਗੀ ਉੱਪਰ ਹੀ, ਨਾ ਚਾੜਦੀ ਬਟੂਗਾ ਹੌਲੀ ਹੌਲੀ ਹੌਲੀ। ਬੱਸ 'ਚ ਬੈਠ ਗਿਆ, ਉਰੇ ਵੀ ਹੀਟਰ ਲੱਗਿਆ ਹੁੰਦਾ ਬੱਸ 'ਚ, ਹੁਣ ਗਰਮੀ ਆ ਜਾਊਗੀ ਥੋੜ੍ਹੇ ਟਾਈਮ ਬਾਅਦ। ਬਟ ਸ਼ਰਟ ਦੇ ਵਿੱਚ ਬੱਸ ਡਰਾਈਵ ਕਰ ਰਿਹਾ ਬਈ ਡਰਾਈਵਰ ਸਾਹਿਬ। ਹੁਣ ਆਪਾਂ ਦੂਜੇ ਪਾਸੇ ਦੀ ਜਾ ਰਹੇ ਹਾਂ ਬਈ। ਉੱਤਰ ਜਾ ਉੱਤਰ ਜਾ। ਸ਼ਾਮ ਦੇ 6 ਵੱਜ ਗਏ ਬਈ, ਉੱਥੇ ਪਹੁੰਚ ਗਏ ਆਪਾਂ ਸਿਨੇਮਾ ਕੋਲੇ, ਅਤੇ ਹੁਣ ਭੀੜ ਦੇਖੋ ਕਿੰਨੀ ਜ਼ਿਆਦਾ ਹੋ ਗਈ, ਸਾਰੇ ਸਟੂਡੈਂਟ। ਬਾਈਪਾਂ ਚੱਲਦੀਆਂ ਨੇ, ਆਹ ਜੈਕਟ ਦੇਖੋ ਕਿੰਨੀ ਘੈਂਟ ਲੱਗਦੀ ਹੈ, ਲਾਲ ਜੀ ਲੱਗ ਗਈ। ਮੇਰਾ ਪੀਲਾ ਜਿਹਾ ਬੈਗ ਮੈਂ ਅੱਜ ਯਾਰ ਧੋਤਾ, ਤਾਂ ਮੈਂ ਉਹ ਮੇਰੀ ਹੋਸਟ ਦਾ ਬੈਗ ਲੈ ਕੇ ਆਇਆ ਸੀ ਯਾਰ, ਇਹਦੀ ਜਿੱਪ ਖਰਾਬ ਸੀ ਦੇਖੋ, ਹੁਣ ਐਂ ਅੱਗੇ ਪਾਉਣਾ ਪੈ ਗਿਆ ਮੈਨੂੰ ਵੀ ਸਮਾਨ ਨਾ ਡਿੱਗ ਜੇ। ਸਾਰੇ ਦਿਨ ਦੀ ਮਿੰਨੀ ਮਿੰਨੀ ਬਰਫ਼ ਪਈ ਜਾਂਦੀ ਹੈ, ਮਿੱਠੀ ਮਿੱਠੀ ਜੀ, ਰੁਕੇ ਨਹੀਂ ਰਹੀ। ਟਾਇਰਾਂ ਵਾਲਾ ਉਰੇ ਕੁਛ ਨਹੀਂ ਹੁੰਦਾ, ਇਹ ਵੀ ਸਨੋ ਸਕੇਟਿੰਗ ਵਾਲੇ ਹੁੰਦੇ ਆ ਦੇਖੋ, ਜਿਹਦੇ ਜਵਾਕ ਲੈ ਕੇ ਜਾਂਦੀਆਂ। ਮੈਂ ਡਿੱਗਿਆ ਵੀ, ਪੈਰ ਸਲਿੱਪ ਹੋ ਗਿਆ ਯਾਰ, ਹੱਥਾਂ 'ਤੇ ਬਰਫ਼ ਹੀ ਬਰਫ਼। ਮੇਰਾ ਫੋਨ ਵੱਜ ਗਿਆ ਵੀ, ਇੰਨਾ ਸ਼ੁਕਰ ਨਹੀਂ ਹੋ ਜਾਂਦਾ ਨੁਕਸਾਨ 1.5 ਲੱਖ ਦਾ। ਆ ਗਈ ਆਉਣ, ਮੈਂ ਘਰੇ ਆ ਕੇ ਜੇ ਰੁਕਿਆ ਨਹੀਂ ਚੱਕ ਲਏ ਦੋਸਤਾਂ ਨੇ, ਇੰਨੀ ਕੁ ਐਨਰਜੀ ਹੈ ਜੇ ਮੈਂ ਤੁਹਾਨੂੰ ਦੱਸ ਨਹੀਂ ਸਕਦਾ। ਲੈ ਬਿੱਲੀ, ਹੈ ਬਿੱਲੀ, ਮੇਰੇ ਬਾਲ ਕਿੰਨੇ ਵੱਡੇ ਵੱਡੇ ਹੋ ਗਏ। ਨੀਅਤ ਸਾਕਰ ਦਾ ਵੀ ਸੈਲਿਡ ਹੈ, ਬਹੁਤ ਦਿਨਾਂ ਬਾਅਦ ਖਾ ਰਿਹਾ ਮੈਂ ਖੀਰੇ ਅਤੇ ਟਮਾਟਰ। ਆਹ ਨਾਲ ਟੀ ਹੈ, ਬਲੈਕ ਟੀ। ਇਹ ਕਹਿੰਦੇ ਦੁੱਧ, ਇਹ ਸਾਕਰ ਹੈ, ਸਾਕਰ ਮੈਂ ਖਾਂਦਾ ਨਹੀਂ। Милана говорит: repetition, India. Да, хорошо. Temperature. Mine's 13. Да, велки. 20 normal. ਖਾਣਾ ਪੀਣਾ ਲਿਆਉਂਦੇ ਹਾਂ ਵੀ, ਬਣਾਉਂਦੇ ਹਾਂ ਅੱਜ। ਖਾਣੇ ਚੱਲੀ ਹੈ ਵੀ ਕੰਮ ਦੇ, ਅੱਜ ਇਹਨਾਂ ਨੂੰ ਬਣਾਵਾਂਗੇ ਆਪਾਂ ਚਿਕਨ ਕੜੀ, ਮੇਰਾ ਵੀ ਦਿਲ ਹੈ ਕਾਫੀ ਖਾਣ ਦਾ, ਰਿਸ ਚਿਕਨ ਕੜੀ। ਹਾਂ, 1.5 ਸਾਲ ਬਾਅਦ ਵੀ ਮੈਂ ਐਂ ਰੁਕ ਰਿਹਾ, ਪਹਿਲਾਂ ਤਾਂ ਮੈਂ ਕਾਫੀ ਰੁਕਿਆ ਕਰਦਾ। ਤਾਨਿਆਂ ਦੇ ਵੀ 4 ਬੱਚੇ ਆ, ਵੱਡਾ 19 ਸਾਲ ਦਾ, ਜਿਹੜੀ ਛੋਟੀ ਹੈ ਮਿਲਾਨਾ ਤਾਂ ਉਹ ਹੈ ਵੀ 6 ਸਾਲਾਂ ਦੀ ਹੈ ਨਾ, ਅਤੇ ਇਹਨਾਂ ਦੇ ਹਸਬੈਂਡ ਇਹਨਾਂ ਦੀ ਸੱਸ ਨਾਲ ਰਹਿੰਦੇ ਆ, ਕਦੇ ਕਦੇ ਜਾਂਦੇ ਆ ਵਿਚਾਰੇ, ਬਹੁਤ ਜ਼ਿਆਦਾ ਘੁੰਮੀ ਹੋਈ ਹੈ ਇਹ ਵੀ, ਹਿਚਹਾਈਕਿੰਗ ਵੀ ਕੀਤੀ ਹੈ ਇਹਨੇ, ਅਤੇ ਬਿਆ ਹਿਚਹਾਈਕਿੰਗ ਕਜ਼ਾਕਿਸਤਾਨ
ਕਿਰਗਿਸਤਾਨ ਬਈ ਇੰਨੀ ਥਾਂ 'ਤੇ ਚੈਕਿੰਗ ਕਰਕੇ ਟਰੈਵਲ ਕੀਤਾ। ਆਹ ਸਾਰੀ ਇਲੈਕਟ੍ਰੋਨਿਕ ਮਾਰਕੀਟ ਹੈ ਬਈ, ਆਹ ਪੁਰਾਣੀ ਜਿਹੀ ਗੱਡੀ ਖੜੀ ਹੈ, ਰਸ਼ੀਅਨ ਜੀਪ ਟਾਈਪ ਜੀ। ਹੈਂ ਟੋਕੋ ਟੋਕੋ, ਓਕੇ ਓਕੇ, ਪਾਕਾ ਪਾਕਾ। ਆਹ ਮਾਰਕੀਟ ਹੈ ਵੀ ਟੋਕੋ ਦਿਖਾਉਂਦੇ ਹਾਂ, ਇਹ ਪਾਰਟ 'ਚ ਸਮਾਨ ਕਿੰਨਾ ਕੁ ਮਹਿੰਗਾ। ਟੋਕਰੀ ਚੱਕ ਲਈ, ਸਭ ਤੋਂ ਪਹਿਲਾਂ ਚਿਪਸ ਲੈਂਦੇ ਹਾਂ ਮਿਲਾਨਾ ਵਾਸਤੇ, 138 ਰੁਪਈਆਂ ਦੇ ਇੰਨੇ ਕੁ ਚਿਪਸ ਆਪਣੇ ਤਾਂ 40 ਰੁਪਈਆਂ ਦੇ ਆ ਜਾਂਦੇ। ਕੋਕਾ ਕੋਲਾ ਦੇਖੋ ਕਿੰਨਾ ਮਹਿੰਗਾ, ਉਰੇ 290 ਰੁਪਈਆਂ ਦੇ 2 ਲੀਟਰ, ਇੰਪੋਰਟਡ ਹੈ ਬਈ ਇਹ ਚਾਈਨਾ ਤੋਂ। ਆਹ ਗੰਢੇ ਆ ਗਏ ਵੀ 64 ਰੁਪਏ ਕਿਲੋ ਨੇ ਸ਼ਾਇਦ, ਆਹ ਦੇਖੋ 64 ਰੁਪਏ ਕਿਲੋ ਗੰਢੇ। ਖੀਰੇ 420 ਰੁਪਏ ਕਿਲੋ ਨੇ ਬਈ, ਟਮਾਟਰ 400 ਰੁਪਏ ਕਿਲੋ ਨੇ। ਸਾਰਾ ਕੁਛ ਮਹਿੰਗਾ ਇੰਪੋਰਟ ਹੁੰਦਾ ਵੀ, ਕਿਰਗਿਸਤਾਨ ਕਜ਼ਾਕਿਸਤਾਨ ਤੋਂ ਸਾਰਾ ਫਰੂਟ। ਸਾਰੀਆਂ ਵੀ ਮੀਟ ਦੀਆਂ ਸੌਸਿਸ ਨੇ, ਪਰ ਆਪਾਂ ਨੂੰ ਤਾਂ ਚਿਕਨ ਚਾਹੀਦਾ ਹੈ। ਘੁੰਮਣ ਵੇਲੇ ਮੈਗੀ ਅਤੇ ਮਸਾਲੇ ਵੀ ਨਾਲ ਜ਼ਰੂਰ ਲੈ ਕੇ ਆਈ ਹਾਂ, ਮੈਂ ਇਸ ਵਾਰ ਭੁੱਲ ਗਿਆ। ਬਹੁਤ ਘੈਂਟ ਹੁੰਦੇ ਆ ਯਾਰ ਚਿਕਨ ਵੀ, 350 ਰੁਪਏ ਕਿਲੋ ਹੈ, ਇਹ ਇੰਨਾ ਕੁ ਹੈ ਵੀ ਲਗਭਗ 600 ਰੁਪਏ ਦਾ। ਆ ਗਏ ਵੀ ਚੌਲ, 170 ਰੁਪਈਆਂ ਦਾ ਪੈਕਟ ਹੈ ਵੀ, ਇਹ ਕਿਲੋ ਕਦਾ ਹੀ ਹੋਣਾ ਚੌਲਾਂ ਦਾ। ਬਹੁਤ ਜ਼ਿਆਦਾ ਮਹਿੰਗੀ ਹੋ ਰਹੀ ਚੀਜ਼, ਕਾਰਨ ਵੀ ਇੱਥੋਂ ਦੀ ਦੂਰੀ ਬਹੁਤ ਜ਼ਿਆਦਾ ਪੈਂਦੀ, ਠੰਡ ਉਰੇ, ਚੀਜ਼ਾਂ ਲਿਆਉਣੀਆਂ ਇੱਕ ਚੈਲੇਂਜਿੰਗ ਕੰਮ ਹੈ ਨਾ। ਦੇਖਦੇ ਹਾਂ ਵੀ ਕਿੰਨੇ ਦਾ ਸਮਾਨ ਆਇਆ, 900 ਹੋ ਗਿਆ, 3 ਚੀਜ਼ਾਂ ਨੇ ਵੀ 900 ਦੀਆਂ। ਕੌਫੀ ਲੈ ਲਈਓ ਯਾਰ, ਇਹ 3-in-1 ਹੈ, ਇਹਦੇ ਵਿੱਚ ਹੀ ਵੀ ਖੰਡ ਖੁੰਡ ਹੁੰਦੀ ਹੈ ਨਾ, ਸਾਰਾ ਕੁਛ ਹੁੰਦਾ ਵਿੱਚ, ਦੁੱਧ ਵਾਲਾ ਪਾਊਡਰ, ਇਹ ਸਟਰੋਂਗ ਹੈ ਅਤੇ ਇੱਕ ਕੈਪੀਚੀਨੋ ਕਲਾਸਿਕ ਹੈ ਬਈ। 1366 ਰੁਪਈਆਂ ਦਾ ਹੈ ਵੀ ਸਮਾਨ, ਕੌਫੀ ਛੱਡ ਗਏ ਕਿਉਂਕਿ ਕੌਫੀ ਮੈਂ ਪਿੱਛੋਂ ਲਈ ਹੈ, ਭੁੱਲ ਗਿਆ ਸੀ। ਵਧੀਆ ਲੇਅਰ ਬੜੀ ਗੰਦੀ ਹੈ ਯਾਰ, ਕੱਲ੍ਹ ਦਾ ਮੇਰਾ 2-3 ਵਾਰੀ ਪੈਰ ਸਲਿੱਪ ਹੋ ਗਿਆ। ਆਹ ਦੇਖੋ, ਆਹ ਦੇਖੋ ਪੈਂਪਾਂ, ਬਰਫ ਪੈਂਪਾਂ, ਹੋਰ ਤੁਹਾਨੂੰ ਉਰੇ ਕੁਛ ਨਹੀਂ ਦੇਖਣ ਨੂੰ ਮਿਲੂਗਾ। ਦੇਖੋ ਕਿੰਨੀ ਜ਼ਿਆਦਾ ਬਰਫ ਹੈ, ਪੈਂਪਾਂ ਵੀ ਲਪੇਟੀਆਂ ਹੋਈਆਂ ਨੇ ਯਾਰ। ਕਾਫੀ ਲੋਕਾਂ ਨੂੰ ਲੱਗਦਾ ਰਹਿੰਦਾ ਵੀ ਮੈਂ ਫਰੀ 'ਚ ਰਹਿੰਦਾ, ਜਿਹੜੇ ਮੈਂ ਮਿਲਦੇ ਆ ਸੱਜਣ, ਮੈਂ ਰਹਿਣ ਨਾਲੋਂ ਜ਼ਿਆਦਾ ਪੈਸੇ ਉਹਨਾਂ 'ਤੇ ਖਰਚ ਕਰ ਦਿੰਦਾ ਹੈ ਨਾ। ਉਹਨਾਂ ਨੂੰ ਜਿਵੇਂ ਹੁਣ ਇਹਨਾਂ ਨੂੰ ਇੰਡੀਅਨ ਖਾਣਾ ਵਧੀਆ, ਪਰ ਇਹਨਾਂ ਨੂੰ ਬਣਾਉਣਾ ਨਹੀਂ ਆਉਂਦਾ, ਮੈਂ ਚਲੋ ਬਣਾ ਦੂੰਗਾ ਹੈ ਨਾ ਵੀ, ਹਲੇ ਆਪ ਤਾਂ ਖਾਊਂਗਾ। ਚਲੋ ਇਹ ਐਕਸਪੀਰੀਅੰਸ ਹੈ ਯਾਰ, ਆਲ ਅਬਾਊਟ ਐਕਸਪੀਰੀਅੰਸ, ਨੋਟ ਅਬਾਊਟ ਮਨੀ। ਹਿਚਾਈਕਿੰਗ ਵੀ ਹੈ ਨਾ, ਹਿਚਾਈਕਿੰਗ ਵੀ ਕੋਈ ਐਂ ਨਹੀਂ ਵੀ ਫਰੀ 'ਚ ਇੱਕ ਥਾਂ ਤੋਂ ਤੁਸੀਂ ਜਾ ਸਕਦੇ ਹੋ, ਨੋ ਡਾਊਟ, ਪਰ ਜਿਹੜਾ ਐਕਸਪੀਰੀਅੰਸ ਤੁਸੀਂ ਹਿਚਾਈਕਿੰਗ 'ਚ ਕਰੋਗੇ ਨਾ, ਉਹ ਪੈਸੇ ਦੇ ਕੇ ਨਹੀਂ ਕਰ ਸਕਦੇ ਤੁਸੀਂ। ਹਰ ਚੀਜ਼ ਉਰੇ ਤੁਹਾਨੂੰ ਪਿੱਲਰਾਂ 'ਤੇ ਹੀ ਮਿਲੂਗੀ ਬਈ, ਪਿੱਲਰਾਂ ਤੋਂ ਬਿਨਾਂ ਕੁਛ ਵੀ ਨਹੀਂ। ਆਹ ਦੋ ਬਿਲਡਿੰਗਾਂ ਨੂੰ ਜੋੜਦਾ ਵੀ ਇਹ ਰਾਜਾ, ਇਹ ਵੀ ਦੇਖੋ ਸਾਰਾ ਪਿੱਲਰਾਂ 'ਤੇ ਖੜਾਇਆ ਇਹਨਾਂ ਨੇ। ਪੰਜਾਬੀ 'ਚ ਯਾਰ ਬੋਰ ਕਰਨ ਵਾਲਾ ਹਿਸਾਬ ਕਿਤਾਬ ਲਾ ਲਓ, ਜਿਵੇਂ ਆਪਾਂ 200-300 ਫੁੱਟ 'ਤੇ ਬੋਰ ਕਰਦੇ ਨੇ ਹੇਠਾਂ ਜਾ ਕੇ ਵੀ ਪਾਣੀ ਦੀ ਪੱਤਣ ਆ ਗਈ, ਉਵੇਂ ਇਹ ਧਰਤੀ ਦੀ ਪੱਤਣ ਲੱਭਦੇ ਆ, ਡਰਿੱਲਾਂ ਮਾਰ ਮਾਰ ਕੇ 500-600 ਮੀਟਰ ਹੇਠਾਂ, ਫਿਰ ਉਹਨੂੰ ਸਮਿੰਟ ਨਾਲ ਭਰਦੇ ਆ ਪਿੱਲਰ ਨੂੰ। ਦੋ ਦੋ ਗੇਟ ਲੱਗੇ ਹੁੰਦੇ ਆ ਵੀ ਸੁਸਾਇਟੀਆਂ ਦੇ ਅੰਦਰ। ਆ ਦੇਖੋ ਆ ਪੁਰਾਣੇ ਦਾ ਗੇਟ ਸੀ, ਨਵਾਂ ਹੈ। 15-15 ਹੋ ਗਿਆ ਵੀ ਬਾਹਰ, ਅੰਦਰ ਹੈ ਵੀ +25, ਲਗਭਗ ਬਈ 40 ਡਿਗਰੀ ਦਾ ਫਰਕ ਆ ਗਿਆ ਇੰਨੇ ਟਾਈਮ। ਆਹ ਬਿਲਡਿੰਗ ਦੇ ਅੰਦਰ ਵੀ ਹੀਟਰ ਲੱਗੇ ਹੋਏ ਆ ਦੇਖੋ, ਗਰਮ ਵਾਲੇ, ਆਹ ਸਾਰਾ ਹੀਟਰ ਹੈ, ਇਹਦੇ ਹੱਥ ਲਾ ਕੇ ਦੇਖਦਾ ਮੈਂ ਬਈ, ਗਰਮ ਹੈ ਵੀ ਪੂਰਾ, ਸੇਕ ਨਿਕਲ ਰਿਹਾ ਇਹਦੇ ਵਿੱਚੋਂ, ਆਹ ਸੈਂਗਲ ਸੂਗਲ ਖੜਾ ਦੇਖੋ ਸਾਰਾ। ਆਹ ਸਾਰੇ ਲੋਕਰ ਨੇ ਵੀ ਹਰ ਅਪਾਰਟਮੈਂਟ ਦੇ, ਕੋਈ ਡਾਕ ਡੂਕ ਆਉਂਦੀ ਹੈ ਜਾਂ ਬੈਂਕ ਵਾਲਾ ਕੁਛ ਵੀ ਏਟੀਐਮ ਦੇ ਕੇ ਜਾਂਦਾ ਉਰੇ ਪਾ ਜਾਂਦਾ ਵੀ ਬਸ। ਘਰ ਦੇ ਅੰਦਰ ਵੜਦੇ ਸਾਰੀ ਵੀ ਜੈਕਟ ਲਾਉਣੀ ਪੈਂਦੀ ਹੈ ਨਾ, ਇੰਨੀ ਜ਼ਿਆਦਾ ਗਰਮੀ ਆ ਜਾਂਦੀ। ਰਸ਼ੀਅਨ ਹਰ ਘਰ ਦੇ ਅੰਦਰ ਵੜਦੇ ਸਾਰੀ ਵੀ ਜੈਕਟ ਤਾਰਨ ਨੂੰ ਥਾਂ ਹੁੰਦੀ ਹੈ, ਟੰਗ ਦਿੰਦੇ ਆ ਜੈਕਟ 'ਤੇ, ਸ਼ੂਜ਼ ਉਤਾਰ ਦਿੰਦੇ ਆ ਹੇਠਾਂ ਮੈਂ ਤਾਰ 'ਤੇ। ਇਹ ਜੇ ਕਿਸੇ ਨੇ ਵੀ ਮੇਨ ਗੇਟ ਖੁਲਵਾਉਣਾ ਤਾਂ ਇਹਨਾਂ ਦਾ ਨੰਬਰ ਇਹ ਦੱਬੂਗਾ ਘਰ ਦਾ, ਤਾਂ ਉਰੇ ਫੋਨ ਆਊਗਾ ਬਈ। ਆਪੇ ਦਿੱਤੀ ਟੰਗ ਆ ਗਈ ਮਿਲਾਨਾ, ਬਹੁਤ ਪਿਆਰੀ ਹੈ। ਚਿਪਸ ਓਕੇ।
ਬਹੁਤ ਕਿਊਟ ਹੈ, ਨੂਰ ਵਰਗੇ ਆ ਬਾਈ। ਇੰਨੀ ਇੰਨਾ ਜ਼ਿਆਦਾ ਇੰਟੈਲੀਜੈਂਟ ਮੈਂ ਜਵਾਕ ਨਹੀਂ ਦੇਖਿਆ ਜ਼ਿੰਦਗੀ 'ਚ, 6 ਸਾਲਾਂ ਦੀ ਹੈ ਬਈ। ਇਹ ਰਾਤ ਮੇਰੇ ਏਅਰਪੋਰਟ ਲਾ ਕੇ ਗਾਣੇ ਸੁਣ ਰਹੀ ਟੋਰ ਨਾਲ। ਇਹ ਮਿਲਾਨਾ ਦਾ ਵੀ ਬੈੱਡ ਹੈ, ਉਰੇ ਪੂਰੀ ਇਹ ਇਕੱਲੀ ਰਹਿੰਦੀ ਹੈ, ਸੁਣਦੀ ਹੈ, ਨਜ਼ਾਰੇ ਲੈਂਦੀ ਹੈ। ਇੱਧਰ ਇਹ ਆਪਣਾ ਬੈੱਡ ਹੈ, ਉਰੇ ਆਪਣਾ ਖਲਾਰਾ ਪਿਆ। ਇਹ ਰਾਤ ਮੇਰੇ ਬੈੱਡ 'ਤੇ ਹੀ ਬੈਠੀ ਰਹੀ, ਇਹਦੀ ਟੈਪ ਹੈ ਛੋਟੀ ਜੀ, ਦੇਖੋ ਛੋਟੀ। ਇੱਧਰ ਇਹਦੇ ਵੀ ਸਾਰੇ ਖੇਡ ਖੁੜ ਜੇ ਪਏ, ਹੈ ਨਾ, ਟੈਡੀ ਬੀਅਰ ਜੇ, ਸਾਰੀਆਂ ਗੁੱਡੀਆਂ ਗਾਡੀਆਂ। ਇੱਧਰ ਇਹਦਾ ਭਾਈ ਸੁਣਦਾ ਵੀ, ਕਾਫੀ ਵੱਡਾ ਰੂਮ ਹੈ। ਹਾਂ, ਇਹਨਾਂ ਦੇ ਫਰਿੱਜ ਦੇ ਮੈਗਨੇਟਾਂ ਦੇਖੋ ਕਿੰਨੀਆਂ ਜ਼ਿਆਦਾ ਲੱਗੀਆਂ ਹੋਈਆਂ। ਇਹ ਤਾਂ ਅੱਧੀ ਸਾਈਡ ਹੈ, ਆਹਦਾ ਉਹਦਾ ਪੂਰਾ ਭਰਿਆ ਹੀ ਪਿਆ ਵੀ ਅਲੱਗ ਅਲੱਗ ਦੇਸ਼ਾਂ ਤੋਂ। ਆਹ ਦੇਖੋ, ਇਹ ਚਾਈਨਾ ਗਈ ਸੀ ਵੀ ਤਾਨਿਆਂ ਘੁੰਮਣ, ਸਾਰੇ ਕਿਧਰੇ ਆਪਦੇ ਬੱਚੇ ਵੀ ਨੇ ਘੁੰਮਾਏ ਹੋਏ ਆ, ਕਾਫੀ ਦੇਸ਼ ਘੁੰਮੀ ਹੈ, 15-20 ਦੇਸ਼ ਘੁੰਮੀ ਹੈ। ਮੈਨੂੰ ਕਹਿੰਦੀ ਉਰੇ ਬਹਿ ਜਾ, ਮੈਨੂੰ ਦਿਖਾ ਰਹੀ ਹੈ ਕੁਛ। ਇਹ ਤਾਂ ਰਸ਼ੀਅਨ ਸ਼ੋਅ ਦਿਖਾ ਰਹੀ ਹੈ ਕੋਈ ਵੀ। ਗੰਡੇ ਗੁੰਡੇ ਆਪਾਂ ਨੇ ਕੱਟ ਲਏ ਚਿਕਨ ਯਾਰ, ਮੈਂ ਫਰੋਜਨ ਲਿਆ ਇਹਨੂੰ, ਬਹੁਤ ਟਾਈਮ 'ਚ ਨੋਰਮਲ ਹੁੰਦਾ ਹੈ ਨਾ, ਇਹਨੇ ਬਾਹਲੇ ਛੋਟੇ ਪੀਸ ਕੱਟਤੇ, ਚਲੋ ਕੋਈ ਚੱਕਰ ਨਹੀਂ। ਇੱਧਰ ਆਪਣੇ ਚੌਲ ਯਾਰ, ਥੋੜ੍ਹੇ ਜਿਹੇ ਪਾਣੀ ਤੋਤਾ ਕੇ ਨਾ ਚੌਲ ਆਪਾਂ ਨੇ 5-10 ਮਿੰਟ ਰੱਖਦੇ ਵੀ, ਚਲੋ। ਚਿਕਨ ਆਪਾਂ ਨੇ ਵੀ ਐਂ ਨੋਰਮਲ ਕੀਤਾ, ਕਾਲੀ ਕਾਲੀ ਜਿਹਾ ਨਾ, ਗਰਮ ਪਾਣੀ ਪਾ ਪਾ ਕੇ ਉੱਪਰ, ਹੁਣ ਨੋਰਮਲ ਹੋ ਗਿਆ। ਆਹ ਚੌਲ ਵਾਲਾ ਕੁੱਕਰ ਦਿਖਾਇਆ ਸੀ ਨਾ ਮੰਗੋਲੀਆ, ਅੱਜ ਇਹ 'ਚ ਚੌਲ ਬਣਾ ਰਹੇ ਹਾਂ। ਇਹ ਬੜੀ ਘੈਂਟ ਚੀਜ਼ ਹੈ, ਖਾਰਾ ਸ਼ੋ ਤਾਨੀਆਂ ਬੁਲਾਈ ਯਾਰ, ਇਹ ਮੈਨੂੰ ਚਲਾਉਣਾ ਨਹੀਂ ਆਉਂਦਾ ਕਿਉਂਕਿ ਇਹਨਾਂ ਦੀ ਭਾਸ਼ਾ ਚਲੇ ਗਿਆ। ਡੈਕਨ ਕੰਪਨੀ ਦਾ ਯਾਰ ਡੈਕਨ, ਉਹ ਬਈ ਸਾਰਾ ਕੁਛ ਪਾ ਦਾ ਆਪਾਂ ਇਹਦੇ ਵਿੱਚ। ਰਿਸ ਕਹਿੰਦੇ ਆ ਰਸ਼ੀਅਨ ਭਾਸ਼ਾ 'ਚ, ਰਾਈਜ ਨੂੰ ਰਿਸ ਕਹਿੰਦੇ ਆ। ਟਾਈਮ ਲਾਤਾ 25 ਮਿੰਟ, ਸਾਰੇ ਮਸਾਲੇ ਮਸੂਲੇ ਪਾ ਕੇ ਵੀ, ਮਿਰਚਾਂ ਮੁਰਚਾਂ 20 ਮਿੰਟਾਂ ਵਾਸਤੇ ਆਪਾਂ ਇਹਨੂੰ ਛੱਡ ਦਈਏ, ਜਲਦੀ ਬਣ ਜੂਗਾ। ਦੇਖੋ ਬਦਲਦਾ ਰੰਗ ਪਾ ਕੇ ਹਲਦੀ, ਕਿਉਂ ਇਹਨੂੰ ਮੈਂ ਸਿਖਾ ਰਿਹਾ, ਇਕੱਲੇ ਵਲੌਗ ਨਹੀਂ ਬਣਾਉਂਦਾ ਮੈਂ, ਸਾਰੀ ਕੁਛ ਬਣਾ ਲੈਂਦਾ। ਘੁੰਮਣਾ ਬਹੁਤ ਕੁਛ ਸਿਖਾ ਦਿੰਦਾ, ਇਕੱਲੇ ਰਹਿਣਾ, ਖਾਣਾ ਬਣਾਉਣਾ, ਹੈ ਨਾ, ਕਿਵੇਂ ਤੁਸੀਂ ਨੇ ਸਰਵਾਈਵ ਕਰਨਾ, ਬਹੁਤ ਕੁਛ ਸਿਖਾਉਂਦਾ ਬਈ। ਸ਼ੱਕ ਲੱਗ ਬੰਬੂ ਵਾਲਾ ਪੈਨ ਚੱਕੀ ਫਿਰਦਾ, ਲਿਖ ਰਿਹਾ ਸਾਰੀ ਡਿਸ਼ ਮੈਂ, ਜਿਵੇਂ ਮਾਸਟਰ ਸ਼ੈੱਫ ਰਿਹਾ ਵਾਂ, ਮੈਂ ਬਣਾ ਕੇ ਖਵਾ ਰਿਹਾ ਤੁਹਾਨੂੰ, ਸਵਾਦ ਲਓ। ਆਹ ਦੇਖੋ ਪੂਰੇ ਲਿਖ ਰਿਹਾ ਵੀ, ਇਹ ਸਿੱਖਣ ਗੁਰੂ ਬਿਨਾਂ ਗੱਤ ਨਹੀਂ, ਬਾਣੀ ਬਿਨਾਂ ਪੱਤ ਨਹੀਂ। ਦੇਖੋ ਗੁਰੂ ਧਾਰਨਾ ਮੈਨੂੰ ਰੂਸ ਵਾਲੇ ਬੰਦੇ ਨੇ, 5 ਗੰਢੇ ਚੀਰ ਕੇ ਪਾਇਆ ਵਿੱਚ, ਮਹਾਂ ਟੇਸਟ 'ਚ ਕਮੀ ਨਾ ਰਹਿ ਜੇ ਕੋਈ। ਸਿੱਖ ਗਿਆ ਕਹਿਣ ਡੇ ਪਨੀ ਮਾਇਓ, ਹਾਓ ਟੂ ਕੁੱਕ, ਮੈਂ ਗੱਲਾਂ ਹੀ ਕਿਹੜੀਆਂ ਨੇ ਯਾਰ ਤੈਨੂੰ, ਮੋਟਰ ਦੇ ਚਿਕਨ ਖਵਾਉਣਾ ਤੈਨੂੰ, ਇੰਡੀਆ ਇੰਡੀਆ ਕਮ ਇੰਦੀ ਮੋਟਰ ਦੇ ਚਿਕਨ, ਐਂਡ ਚੂਚੂਤ ਬੋਟਕਾ, ਚੂਚੂਤ ਬੋਟਕਾ। ਡਰਾਇੰਗ ਬਣਾ ਰਹੀ ਹੈ ਵੀ ਮਿਲਾਨਾ, ਦੇਖੋ ਫੁੱਲ ਕਿੰਨਾ ਘੈਂਟ ਬਣਾਤਾ। ਇਹ ਤੂੰ ਹੈ ਮਿਲਾਨਾ ਤਿੱਬੇ ਹੈ। ਆਹ ਇੰਡੀਅਨ ਮਸਾਲੇ ਮੈਂ ਕਾਫੀ ਲੈ ਕੇ ਆਏ ਸੀ ਵੀ ਸਟੋਰ 'ਚੋਂ, ਇਕੱਲੀ ਇਕੱਲੀ ਗੱਲ ਨੂੰ ਇਹ ਤਾਰ ਰਿਹਾ ਬਈ, ਨੋਟਬੁੱਕ ਵਾਂਗੂ। ਆਹ ਕੋਰੀਐਂਡਰ ਵੀ ਦੇਖੋ, ਲੈ ਜੋ ਪੂਰਾ ਗਲ ਗਿਆ, ਦੇਖੋ ਪਾਣੀ ਪੂਰਾ ਛੱਡ ਗਿਆ। ਚੌਲ ਵੀ ਆਪਣੇ ਪੂਰੇ ਬਣ ਕੇ ਤਿਆਰ ਨੇ ਯਾਰ, ਸਵਾਦ ਹੀ ਆਊਗਾ ਅੱਜ ਤਾਂ। 20 ਮਿੰਟ ਹੋ ਗਏ ਹੁਣ, ਵਿੱਚ ਮਸਾਲਾ ਵੀ ਆਪਣਾ ਤਿਆਰ ਹੈ ਲਗਭਗ। ਦੇਖੋ ਜਮਾ ਨਹੀਂ ਹਟਾ ਲੈ ਧਿਆਨ ਨਾਲ ਪਾਈ, ਚਿਕਨ ਪਾਤਾ ਵਿੱਚ, ਅੱਜ ਤਾਂ ਚਿਕਨ ਬਣਾਉਣ ਵਾਲਾ ਹੀ ਵਲੌਗ ਬਣ ਗਿਆ। ਚਿਕਨ ਬਣ ਕੇ ਤਿਆਰ ਹੈ ਵੀ, ਬਾਹਲਾ ਸਵਾਦ ਆਊਗਾ। ਮੈਂ ਥੋੜ੍ਹੀਆਂ ਜਿਹੀਆਂ, ਮਤਲਬ ਮੈਨੂੰ ਐਂ ਲੱਗਿਆ ਵੀ, ਇਹ ਕਹਿੰਦੇ ਅਸੀਂ ਸਪਾਈਸੀ ਕੋਈ ਖਾ ਲਾਂਗੇ ਜ਼ਿਆਦਾ, ਮੈਂ ਥੋੜ੍ਹਾ ਮੀਡੀਅਮ ਹੀ ਰੱਖਿਆ, ਇਹਨਾਂ ਨੂੰ ਟੇਸਟ ਕਰਨੇ, ਚੀਕਾਂ ਨਿਕਲੀਆਂ, ਹੁਣ ਮੈਂ ਥੋੜ੍ਹਾ ਪਾਣੀ ਜ਼ਿਆਦਾ ਪਾਤਾ। ਹੁਣ ਇਹ ਬੈਲੈਂਸ ਹੋ ਜੂ, ਪਰ ਬੜਾ ਘੈਂਟ ਬਣਿਆ। 40 ਕੁ ਮਿੰਟ ਹੋ ਗਏ ਵੀ ਦੇਖਦੇ ਹਾਂ ਚੱਕ ਕੇ। ਉਹ ਬਾਈ ਕਿੰਨੀ ਘੈਂਟ ਵਾਸ਼ਨ ਆ ਰਹੀ ਹੈ ਬਈ, ਵਾਹ ਯਾਰ। ਚਿਕਨ ਪਾ ਕੇ ਚੌਲ ਬਈ ਟੇਬਲ 'ਤੇ ਰੱਖ ਲਏ, ਕਿਉਂ ਇਹਦੇ ਵਾਸਤੇ ਛੋਟੀ ਪਲੇਟ ਹੈ ਦੇਖੋ। ਆਈ ਯੂਜ਼ ਦਿਸ ਦਾ, ਜਿਹੜਾ ਵੀ ਆਪਣੇ ਵਾਸਤੇ ਸਭ ਤੋਂ ਘੱਟ ਸਪਾਈਸੀ ਹੈ ਨਾ, ਉਹ ਇਹਨਾਂ ਲਈ ਸਭ ਤੋਂ ਜ਼ਿਆਦਾ ਸਪਾਈ। ਆਹ ਦੇਖੋ ਨਾਲ ਬ੍ਰੈਡ, ਪਾਣੀ ਭਰ ਕੇ ਹੈ ਨਾ, ਬਹੁਤ ਮਿਰਚਾਂ ਲੱਗ ਰਹੀਆਂ ਨੇ। ਓਕੇ ਖਾਰਾ ਸ਼ੋ ਸਪਾਈਸੀ ਵੈਲਕਮ। ਨੀਅਤ ਰਾਈਸ, ਵੈਜੀਟੇਬਲ ਕੜੀ,
ਵੈਜੀਟੇਬਲ ਦਾ 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 ਆ ਸਲਾਦ ਹੈ ਵੀ ਸਾਰਾ ਦਾ 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 ਕੜੀ ਨੋਟ ਬਾਰ ਬਾਦ ਦ ਦਾ 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 ਇਟਸ ਡਿਲੀਸ਼ੀਅਸ ਇਟ ਡਿਲੀਸ਼ੀਅਸ It's delicious, kusa kusa delicious, kharasho? Da, da, kharasho, kusa, no. Очень kusa, spasibo. Da, means savad, savad. Tan bad. Savad, savad. Ah, savad. Da, means delicious. Da. Means savad, это... Kusa. Se, ah? Savad means kusa. Paper, kam, malanki. Red chili chili, malanki. ਦਾ ਲਿਖ ਲੈ ਲਾਲ ਮਿਰਚਾਂ ਘੱਟ ਪਾਈ ਕਿਉਂ ਵਾਓ ਮਲੇਨਾ ਕਰਦੀ ਵਾਹ